ਤਾਜੰਦੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮੱਚ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਵਿਜੀਤ ਜੀ ਤੁਹਾਨੂੰ ਤੇ ਸੁਣਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤਾਜਪਰ ਜਿਹੜੀ ਗੱਲ ਤੁਹਾਡੇ ਤੋਂ ਅਸੀਂ ਜਾਣਨੀ ਚਾਹੁੰਦੇ ਆਂ ਜਿਹੜੇ ਕੁਝ ਟਿਪਸ ਤੁਹਾਡੇ ਤੋਂ ਹਾਸਲ ਕਰਨੀਆਂ ਨੇ। ਥੈਟ ਇਜ਼ ਅਬਾਊਟ ਵਿੰਟਰਾਈਜ਼ਿੰਗ ਦਾ ਹੋਮ। ਜੀ ਕਿ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਮੌਸਮ ਦੀ ਤਬਦੀਲੀ ਸ਼ੁਰੂ ਹੋ ਚੱਲੀ ਆ ਤੇ ਘਰ ਨੂੰ ਸਰਦੀਆਂ ਵਾਸਤੇ ਕਿਵੇਂ ਤਿਆਰ ਕਰੀਏ? ਕਿਉਂਕਿ ਕਈ ਵਾਰੀ ਕੋਈ ਗਲਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਫਿਰ ਬਹੁਤ ਮਹਿੰਗੀਆਂ ਪੈਂਦੀਆਂ ਕਿ ਛੱਤ ਤੇ ਚੜ ਕੇ ਤਾਂ ਵੇਖਦਾ ਨਹੀਂ ਇੱਥੇ ਕੋਈ ਪਰ ਰੂਫ ਦੀ ਇਨਸਪੈਕਸ਼ਨ ਕਿੰਨੀ ਜ਼ਰੂਰੀ ਹੈ ਸਪੈਸ਼ਲੀ ਵਿੰਟਰ ਤੋਂ ਪਹਿਲਾਂ ਵੀਰ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜੀ ਵਿੰਟਰਾਈਜ਼ ਹੈ ਨਾ ਘਰਾਂ ਦੇ ਵਾਸਤੇ ਇੱਥੇ ਉਹ ਇਸ ਕਰਕੇ ਜ਼ਰੂਰੀ ਹੈ ਵੀ ਜਿਹੜੇ ਕਲਾਈਮੇਟ ਤੋਂ ਆਪਾਂ ਆਏ ਹਾਂ ਕਿਉਂਕਿ ਅੱਜ ਕੱਲ ਬਹੁਤ ਸਾਰੇ ਨਵੇਂ ਪਰਿਵਾਰ ਜਿਨ੍ਹਾਂ ਨੇ ਸਰੀ ਜਾਂ ਆਸ-ਪਾਸ ਦੇ ਇਲਾਕੇ ਲੋਰ ਮੇਨਲੈਂਡ ਦੇ ਵਿੱਚ ਜਿਹੜੇ ਘਰ ਖਰੀਦੇ ਆ ਹਾਂਜੀ ਔਰ ਹਰ ਇੱਕ ਦੀ ਇਹ ਚਾਹਤ ਹੁੰਦੀ ਆ ਜਾਂ ਖੁਸ਼ੀ ਹੁੰਦੀ ਆ ਵੀ ਸਾਡਾ ਆਪਣਾ ਘਰ ਹੋਵੇ ਹੂੰ ਹੂੰ ਪਰ ਘਰ ਨੂੰ ਲੈ ਕੇ ਮੇਨਟੇਨ ਰੱਖਣਾ ਵੀ ਓਨਾ ਹੀ ਜ਼ਰੂਰੀ ਆ ਜਿੰਨਾ ਆਪਾਂ ਨੂੰ ਕਰ ਲੈਣ ਵੇਲੇ ਖੁਸ਼ੀ ਆ ਕਿਉਂਕਿ ਜੇ ਆਪਾਂ ਉਹਨੂੰ ਮੇਨਟੇਨ ਨਾ ਕਰਾਂਗੇ ਤਾਂ ਉਹਦਾ ਕਿਤੇ ਨਾ ਕਿਤੇ ਜਾ ਕੇ ਜਿਹੜੀ ਉਹਦੀ ਰਿਪੇਅਰ ਆ ਜਾਂ ਉਹਦੇ ਕੰਸੀਕਵੈਂਸਸ ਆ ਆਪਾਂ ਬਹੁਤ ਮਹਿੰਗੇ ਪੈਣੇ ਆ ਯਕੀਨਨ ਸੋ ਜੇ ਆਪਾਂ ਆਏ ਆ ਵੀ ਵਧੀਆ ਕਲਾਈਮੇਟ ਚੋਂ ਉੱਥੇ ਓਪਨ ਕਲਾਈਮੇਟ ਹੁੰਦਾ ਸੀ ਉੱਥੇ ਥੋੜਾ ਜਿਹਾ ਸਰਦੀ ਪੈਂਦੀ ਐ ਇੰਨੀ ਜ਼ਿਆਦੇ ਠੰਡ ਨਹੀਂ ਪੈਂਦੀ ਇੱਥੇ ਟੋਟਲੀ ਆਪੋਜ਼ਿਟ ਆਪਾਂ ਫਿਰ ਕਾਫੀ ਲੱਕੀਆ ਵੀ ਵੈਂਕੂਵਰ ਦੇ ਵਿੱਚ ਰਹਿਨੇ ਆ ਜੇ ਕਿਤੇ ਤੁਸੀਂ ਕੈਲਗਰੀ ਐਡਮਿੰਟਨ ਸਸਕਾਚੂਨ ਅੰਟੇਰੀਓ ਦੇ ਵਿੱਚ ਰਹਿੰਦੇ ਹਾਂ ਉੱਥੇ ਤਾਂ ਬਹੁਤ ਜ਼ਿਆਦਾ ਠੰਡ ਜਿਹੜੀ ਹੈਗੀ ਆ ਉਹ ਪੈਂਦੀ ਆ ਸੋ ਇਹਦੇ ਬਾਰੇ ਆਪਾਂ ਜਿਹੜੀ ਗੱਲਬਾਤ ਕਰਨੀ ਆ ਮੈਨੂੰ ਪਿਛਲੇ ਹਫ਼ਤੇ ਤੋਂ ਕਾਫੀ ਸਾਰੇ ਸੁਣਨ ਵਾਲਿਆਂ ਦੇ ਜਾਂ ਫੋਨ ਆਏ ਵੀ ਦੱਸੋ ਜੀ ਵਿੰਟਰ ਆਇਜ਼ ਕਿਉਂ ਇੰਪੋਰਟਨ ਆ ਤੇ ਇਹਦੇ ਵਾਸਤੇ ਕੀ ਕੀ ਕਰਨਾ ਚਾਹੀਦਾ ਜੀ ਸੋ ਰੂਫ ਆ ਜਿਹੜੀ ਵੇਖ ਜੀ ਇਹ ਇੰਨੀ ਇੰਪੋਰਟਨ ਆ ਵੀ ਜਦੋਂ ਅ ਅੱਜ ਕੱਲ੍ਹ ਹਵਾ ਵੀ ਵਗਦੀ ਆ ਵਿੰਡ ਆ ਤੇ ਗਰਮੀ ਵੀ ਲੱਗ ਕੇ ਨੰਗੀ ਚੱਕੀ ਗਰਮੀ ਪਿੱਛੇ ਗਈ ਆ ਤੇ ਉਦੋਂ ਜਿਹੜਾ ਜਿਹੜਾ ਡੈਮੇਜ ਹੋਇਆ ਰੂਫ ਦਾ ਕੋਈ ਸਿੰਗਲ ਬਲੋਨ ਹੋਇਆ ਕੋਈ ਜਿਹੜੇ ਵੈਂਟ ਹੁੰਦੇ ਆ ਟਾਪ ਤੇ ਉਹ ਵੀ ਆਫਸੈਟ ਹੋ ਜਾਂਦੇ ਆ ਹੁਣ ਹਵਾ ਬੜੀ ਤੇਜ਼ ਚੱਲੀ ਸੀ ਪਿਛਲੇ ਦਿਨੀ ਬਿਲਕੁਲ ਮੈਂ ਪਰਸੋਂ ਹੀ ਬਰਨਬੀ ਦੇ ਵਿੱਚ ਕਿਸੇ ਦੋਸਤੇ ਘਰ ਤੇ ਗਿਆ ਜਦੋਂ ਅਸੀਂ ਉਹਦੇ ਘਰ ਦੇ ਵਿੱਚ ਖੜੇ ਸੀ ਤੇ ਕ੍ਰਾਸ ਦੇਖ ਰਿਹਾ ਸੀ ਤੇ ਦੂਸਰੇ ਨੇਬਰ ਦਾ ਵੈਂਟ ਆਫ ਹੋਇਆ ਸੀ ਹੁਣ ਜਿੰਨਾ ਪਾਣੀ ਉਹਦੇ ਚ ਪਈ ਜਾਣਾ ਉਹ ਸਾਰਾ ਰੂਫ ਦੇ ਵਿੱਚ ਡਿੱਗਣਾ ਪਰ ਜਦੋਂ ਨੂੰ ਉਹਦਾ ਪਤਾ ਲੱਗਣਾ ਉਦੋਂ ਨੂੰ ਉਹ ਖਲਾਰਾ ਬਹੁਤ ਪੈ ਜਾਣਾ ਵੀ ਉਹਦੇ ਇਨਸਾਈਡ ਡੈਮੇਜ ਮੋਲਡ ਡਰਾਈਵਾਲ ਸੋ ਕਾਫੀ ਮਹਿੰਗਾ ਹੋ ਜਾਂਦਾ ਉਹ ਤੇ ਉਹਦੇ ਵਾਸਤੇ ਜਿਹੜੀ ਹੈਗੀ ਰੂਫ ਦੀ ਇਨਸਪੈਕਸ਼ਨ ਆ ਬੇਸਿਕਲੀ ਜੇ ਤੁਸੀਂ ਨਹੀਂ ਪੈਸੇ ਦੇ ਕੇ ਕਰਾਉਣੀ ਨਾ ਤੇ ਵਿਜ਼ੂਅਲ ਕਰ ਲਓ ਵਿਜ਼ੂਅਲ ਮਤਲਬ ਇਹ ਆ ਵੀ ਤੁਸੀਂ ਪਿੱਛੇ ਹਟ ਕੇ ਚਾਹੇ ਕੋਈ ਦੂਰਬੀਨ ਨਾਲ ਚਾਹੇ ਉਧਾਂ ਜੇ ਛੋਟੀ ਰੂਫ ਆ ਤਾਂ ਪੌੜੀ ਲਾ ਕੇ ਪੌੜੀ ਦੇ ਉੱਪਰ ਖੜ ਕੇ ਸੇਫ ਆਪਦਾ ਦੇਖੋ ਵੀ ਤੁਹਾਡੇ ਸਿੰਗਲ ਤਾਂ ਨਹੀਂ ਬਲੂਨ ਹੋਏ ਕਿ ਕੋਈ ਗੁੱਡੇ ਤਾਂ ਨਹੀਂ ਕਿ ਸੇ ਪਾਸੋਂ ਕੋਈ ਸ਼ਿੰਗਲ ਮਿਸਿੰਗ ਤਾਂ ਨਹੀਂ ਜਦੋਂ ਤੁਸੀਂ ਆਉਦੀ ਯਾਰਡ ਦੇ ਵਿੱਚ ਤੁਰ ਫਿਰ ਰਹੇ ਆ ਤੁਹਾਨੂੰ ਕੋਈ ਸ਼ਿੰਗਲ ਦਾ ਟੋਟਾ ਤਾਂ ਨਹੀਂ ਉੱਥੇ ਲੱਭਿਆ ਹਾਂਜੀ ਕਿਉਂਕਿ ਜੇ ਉੱਡਿਆ ਤੋਂ ਕਿਤੇ ਨਾ ਕਿਤੇ ਗਿਆ ਹੋ ਹੈ ਨੀ ਉਹ ਜਿਹੜੀ ਚੀਜ਼ ਆ ਉਹਦੇ ਕਰਕੇ ਜੇ ਉੱਥੇ ਕੋਈ ਲੀਕ ਆਈ ਆ ਹੁਣ ਮੌਕਾ ਹੂੰ ਔਰ ਜੇ ਰੂਫ ਤੁਹਾਡੀ ਮਾੜੀ ਆ ਤੇ ਉਹਨੂੰ ਤੁਹਾਨੂੰ ਲੱਗਦਾ ਵੀ ਇਹ ਸਿਆਲ ਮੇਰੇ ਨੇ ਨਹੀਂ ਕੱਟਣਾ ਤੇ ਉਹਦਾ ਪ੍ਰੋਪਰ ਕੋਈ ਨਾ ਕੋਈ ਪਹਿਲਾਂ ਹੀ ਹੱਲ ਕਰ ਲਓ ਬਜਾਏ ਕਿ ਜਦੋਂ ਸਨੋ ਪਈ ਦੇ ਵਿੱਚ ਕਿਉਂਕਿ ਜਿਹੜਾ ਜੀ ਦੋ ਤਰ੍ਹਾਂ ਦੇ ਲੋਡ ਆ ਜਿਹੜੇ ਰੂਫ ਦੇ ਉੱਤੇ ਪੈਂਦੇ ਆ ਜੀ ਇੱਕ ਤਾਂ ਉਹ ਜਿਹੜਾ ਵੈਦਰ ਨੂੰ ਤਾਂ ਕਰਦੀ ਆ ਕੇਟਰ ਵੀ ਜੋ ਗਰਮੀ ਸਰਦੀ ਉਹਦੇ ਉੱਤੋਂ ਦੀ ਲੰਗਣੀਆਂ ਇੱਕ ਜਿਹੜਾ ਹੈਗਾ ਉੱਤੇ ਜਿਹੜਾ ਲਾਈਵ ਲੋਡ ਤੇ ਡੈਡ ਲੋਡ ਜੀ ਲਾਈਵ ਲੋਡ ਇਹ ਹੁੰਦਾ ਵੀ ਸਨੋ ਪੈਂਦੀ ਆ ਜਦੋਂ ਜੀ ਸਨੋ ਪੈ ਕੇ ਉਹਦੇ ਉੱਪਰ ਜਿੰਨਾ ਪਾਣੀ ਖੜਦਾ ਸਾਰਾ ਉਹ ਉਹ ਲਾਈਵ ਲੋਡ ਹੋ ਜਾਂਦਾ ਜੀ ਉਹਦੇ ਨਾਲ ਵੀ ਬਹੁਤ ਸਾਰੀਆਂ ਚੇਂਜਸ ਆਉਂਦੀਆਂ ਸੋ ਰੂਫ ਦੀ ਇਨਸਪੈਕਸ਼ਨ ਆ ਤੁਸੀਂ ਜਾਂ ਤਾਂ ਪ੍ਰੋਫੈਸ਼ਨਲ ਬੰਦੇ ਤੋਂ ਕਰਵਾਓ ਤੇ ਜਾਂ ਆਪਣਾ ਜੇ ਤੁਸੀਂ ਆਪ ਵਿਜ਼ੂਅਲ ਕਰ ਸਕਦੇ ਆ ਕਰ ਲਓ ਅੱਜ ਕੱਲ ਟੈਕਨੋਲੋਜੀ ਵੀ ਹੈਗੀ ਆ ਤੁਸੀਂ ਕੈਮਰੇ ਨਾਲ ਵੀ ਕਰ ਸਕਦੇ ਆ ਹੋਰ ਕਈ ਚੀਜ਼ਾਂ ਉਹ ਬਹੁਤ ਜ਼ਰੂਰੀ ਆ ਵੀ ਉਹਨੂੰ ਪਹਿਲਾਂ ਕੰਟਰੋਲ ਕਰੋ ਜੀ ਜੀ ਅੱਛਾ ਜਿਹੜੀ ਬਾਹਰ ਘਰ ਦੇ ਫੌਸਟ ਲੱਗੀ ਹੁੰਦੀ ਹੈ ਜਿਹੜੀ ਯਾਰਡ ਚ ਪਾਣੀ ਦੇਣ ਲਈ ਜਾਂ ਕਾਰ ਵਗੈਰਾ ਵਾਸ਼ ਕਰਨ ਲਈ ਆਪਾਂ ਯੂਜ਼ ਕਰਦੇ ਆਂ ਜੀ ਹੁਣ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਡਿੱਪ ਕਰ ਜਾਣਾ ਮਾਈਨਸ ਦੇ ਵਿੱਚ ਚਲੇ ਜਾਣਾ ਜੀ ਤੇ ਉਹ ਵਾਲੀ ਪਾਈਪ ਬਰਸਟ ਹੋ ਜਾਂਦੀ ਕਈ ਵਾਰੀ ਬਹੁਤ ਹੋਰੀ ਉਹ ਪਾਈਪ ਨੂੰ ਡレイン ਕਰਨਾ ਬੜਾ ਜ਼ਰੂਰੀ ਹੁੰਦਾ ਜੀ ਹਾਂਜੀ ਅ ਵੀ ਦੋ ਤਰ੍ਹਾਂ ਇੱਕ ਪਾਈਪ ਜਿਹੜੀ ਹੈਗੀ ਆ ਉਹ ਉਹ ਰੈਗੂਲਰ ਜਿਹਨੂੰ ਆਪਾਂ ਪਾਣੀ ਵਾਲੀ ਪਾਈਪ ਜਾਂ ਟੂਟੀ ਕਹਿ ਦਿੰਦੇ ਆ ਜਿਹੜੀ ਬਾਹਰ ਲੱਗੀ ਹੁੰਦੀ ਆ ਉਹ ਹੁੰਦੀ ਆ ਹਾਂਜੀ ਜਿਹੜੀਆਂ ਉਹ ਪਾਈਪਸ ਹੁੰਦੀਆਂ ਨਾ ਉਹਨਾਂ ਦੀ ਸ਼ਟ ਆਫ ਜਿੱਥੋਂ ਜੇ ਤੁਸੀਂ ਨੋਰਮਲੀ ਤੁਹਾਨੂੰ ਨਹੀਂ ਪਤਾ ਘਰ ਦੇ ਵਿੱਚ ਤੁਸੀਂ ਘਰ ਲਿਆ ਤੁਹਾਨੂੰ ਕਿਸੇ ਨੇ ਨਹੀਂ ਐਕਸਪਲੇਨ ਕੀਤਾ ਮੈਂ ਚਾਹਣਾ ਹੁੰਦਾ ਵੀ ਜਿਹੜਾ ਪ੍ਰੀਵੀਅਸ ਹੋਮ ਆਨਰ ਹੈ ਨਾ ਜੀ ਜਦੋਂ ਤੁਸੀਂ ਉਹਨੂੰ ਚਾਬੀ ਨਵੇਂ ਬੰਦੇ ਨੂੰ ਦੇ ਕੇ ਜਾਣੀ ਆ ਥੋੜੀ ਜਿਹੀ ਅੱਧਾ ਘੰਟਾ ਲਾ ਕੇ ਉਹਨੂੰ ਵਿਚਾਰੇ ਨੂੰ ਸਮਝਾ ਦਿਓ ਵੀ ਯਾਰ ਆਹ ਆਹ ਸ਼ਟ ਆਫਸ ਇੱਥੇ ਹੈਗੀਆਂ ਅਗਰ ਕਿਤੇ ਪਾਣੀ ਲੀਕ ਹੋਵੇ ਤਾਂ ਇੱਥੋਂ ਮੇਨ ਬੰਦ ਕਰ ਲਈ ਗੈਸ ਦੀ ਲੋੜ ਪਵੇ ਤਾਂ ਇੱਥੋਂ ਕਰ ਲਈ ਆਹ ਤੁਹਾਡੀ ਮੇਨ ਸਵਿਚ ਆ ਕਿਉਂਕਿ ਨਵੇਂ ਬੰਦੇ ਨੂੰ ਆਣ ਕੇ ਨਵੀਂ ਚੀਜ਼ ਸਿੱਖਣੀ ਕਰਦੇ ਵਿੱਚ ਟਾਈਮ ਲੱਗਦਾ ਜੀ ਜੇ ਉਹਨਾਂ ਚ ਨੂੰ ਕੋਈ ਇਸ਼ੂ ਆ ਗਿਆ ਤੇ ਬੜੀ ਪ੍ਰੋਬਲਮ ਪੈਂਦੀ ਆ ਸੋ ਉਹ ਜਿਹੜੀ ਟੈਪ ਹੁੰਦੀ ਆ ਜੀ ਉਹਦੀ ਟੈਪ ਦਾ ਜਿਹੜਾ ਨਾਰਮਲੀ ਕੀ ਹੁੰਦਾ ਵੀ ਜਿੱਥੇ ਟੈਪ ਲੱਗੀ ਹੁੰਦੀ ਨਾ ਉਤੋਂ ਉੱਪਰ ਨੂੰ ਦੇਖੋ ਸੈਕੰਡ ਫਲੋਰ ਤੇ ਤੁਹਾਡਾ ਕੋਈ ਬਾਥਰੂਮ ਜਾਂ ਤੁਹਾਡੀ ਕਿਚਨ ਦੇ ਸਿੰਕ ਦੇ ਥੱਲੇ ਸ਼ਟ ਆਫ ਹੋ अच्छा जी so, तो ਕਿਉਂਕਿ ਉਹ ਲਈ ਇਸ ਕਰਕੇ ਹੁੰਦੀ ਆ ਵੀ ਉੱਥੋਂ ਜਦੋਂ ਸ਼ਟਾਫ ਬੰਦ ਕਰਤੀ ਇਧਰੋਂ ਟੂਟੀ ਖੋਲ ਦਿਓ ਸਾਰਾ ਪਾਣੀ ਡਰੇਨ ਹੋ ਜਾ ਹਾਂ ਜਿਹੜੀ ਜਿਹੜੀ ਐਕਸਟਰਨਲ ਪਾਈਪ ਹੁੰਦੀ ਆ ਉਹ ਸਾਰੀ ਖਾਲੀ ਹੋ ਜਾਂਦੀ ਆ ਸਾਰੀ ਖਾਲੀ ਹੋ ਜਾਂਦੀ ਸੋ ਸੋਖਾ ਤਰੀਕਾ ਇਹ ਹੁੰਦਾ ਅਗਰ ਤੁਹਾਨੂੰ ਨਹੀਂ ਵੀ ਪਤਾ ਵੀ ਜੇ ਥੋੜੀ ਜਿਹੀ ਔਨ ਕਰ ਦੋ ਉਹਨੂੰ ਇਹ ਕਿਣਾ ਬਾਹਰ ਨਿਗਰੱਖ ਲਓ ਜਾਂ ਉੱਪਰੋਂ ਜਿੱਥੇ ਕਿਤੇ ਨਹੀਂ ਹੈਗਾ ਔਨ ਆਫ ਕਰਕੇ ਦੇਖ ਲਓ ਵੀ ਕਿੱਥੋਂ ਬੰਦ ਹੁੰਦੀ ਆ ਸੋ ਉਹ ਜ਼ਰੂਰੀ ਆ ਡਰੇਨ ਕਰ ਲਓ ਉਹਨੂੰ ਜੇ ਤੁਹਾਨੂੰ ਲੋਡ ਆ ਸਿਆਲਾਂ ਚੈੱਕ ਚੱਲਦੀ ਰੱਖਣੀ ਆ ਉਹ ਆਪਦੇ ਕੰਟਰੋਲ ਥੱਲੇ ਰੱਖੋ ਜੀ ਅੱਜ ਕ ਹੋਸ ਬੇਬ ਅੱਛਾ ਜੀ ਸੋ ਉਹ ਕੀ ਹੁੰਦਾ ਜਦੋਂ ਮਤਲਬ ਜੇ ਤੁਹਾਡੀ ਕੰਦ 6 ਇੰਚ ਦੀ ਹੈ ਜੀ ਤੇ ਉਹ ਪਾਈਪ ਵੀ 6 ਇੰਚ ਹੁੰਦਾ ਪਰ ਉਹਦੀ ਸ਼ਟ ਆਫ ਜਿਹੜੀ ਉਹ 6 ਇੰਚ ਪਿੱਛੇ ਹਟ ਕੇ ਲੱਗੀ ਹੁੰਦੀ ਤਾਂ ਕਿ ਉਹ ਵਾਰਮ ਸਾਈਡ ਤੇ ਹੁੰਦੀ ਉਹਦੀ ਹੂੰ ਹੂੰ ਮਤਲਬ ਇਹਦੀ ਜਿਹੜੀ ਸ਼ਟ ਆਫ ਹੈ ਮੂਰੇ ਆ ਉਹਦੇ ਵਿੱਚ ਇੱਕ ਲੰਮੀ ਰਾਡ ਹੁੰਦੀ ਹੈ ਸਿਲੰਡਰ ਹੁੰਦਾ ਜੀ ਉਹ ਤੁਹਾਨੂੰ 6 ਇੰਚ ਪਿੱਛੇ ਹਟਾ ਕੇ ਲਾਈ ਹੁੰਦੀ ਹੈ ਨਾ ਜੀ ਉਹ ਵੀ ਵਿਜੇ ਡレイン ਕਰਨੀ ਜ਼ਰੂਰੀ ਆ ਕਿ ਵਾਰੀ ਤੁਸੀਂ ਸ਼ਟ ਆਫ ਕਰ ਦਿੰਨੇ ਆ ਤੇ ਇਹ ਸੋਚ ਲੈਂਦੇ ਆ ਵੀ ਇਹ ਫੂਲ ਪ੍ਰੂਫ ਹੈਗਾ ਪਰ ਉਹਦੇ ਵਿੱਚ ਜਿਹੜਾ 6 ਇੰਚ ਦੇ ਵਿੱਚ ਪਾਣੀ ਖੜਾ ਹੁੰਦਾ ਨਾ ਜੀ ਕਿ ਵਾਰੀ ਉੱਥ ਸਾਲ ਪੁਰਾਣਾ ਸੀਗਾ ਜੀ ਪੋਲੀ ਤੋਂ ਕੋਲਡ ਸਾਈਡ ਨੂੰ ਸੀਗਾ ਜਿਹੜੀ ਪਲਾਸਟਿਕ ਲੱਗੀ ਹੁੰਦੀ ਹੈ ਉਤੋਂ ਬਾਹਰਲੀ ਸਾਈਡ ਨੂੰ ਪਾਈਪ ਸੀ ਉਤੋਂ ਬਰਸਟ ਹੋ ਗਿਆ ਸੀ ਬਿਲਕੁਲ ਹਜੇ ਵੀ ਉਹ ਪਾਈਪ ਸਾਹਮਣੇ ਰੱਖਿਆ ਹੋਇਆ ਹੈ ਮੈਂ ਲੋਕਾਂ ਨੂੰ ਦਿਖਾਉਣਾ ਹੁਣ ਜੀ ਵੀ ਇਹਦਾ ਕਿਉਂਕਿ ਜਿਹੜੀ ਜਦੋਂ ਫ੍ਰੀਜ਼ਿੰਗ ਹੁੰਦੀ ਹੈ ਨਾ ਵਿੱਚੇ ਉਹ ਪਾਣੀ ਐਕਸਪੈਂਡ ਹੁੰਦਾ ਜੀ ਤੁਸੀਂ ਤਜਰਬਾ ਕਰਨਾ ਗਲਾਸ ਪਾਣੀ ਦਾ ਪਰ ਕੇ ਫ੍ਰਿਜ ਵਿੱਚ ਰੱਖ ਦਿਓ ਜੀ ਪੂਰਾ ਟੌਪ ਰੱਖੋ ਪਰ ਜਦੋਂ ਤੁਸੀਂ ਦੇਖੋਗੇ ਤਾਂ ਉੱਪਰ ਆ ਜਾਂਦਾ ਉੱਪਰ ਦੀ ਉਛਲਿਆ ਜਾਂਦਾ ਜੀ ਸੋ ਉਹ ਜਦੋਂ ਫ੍ਰੀਜ਼ ਹੋਇਆ ਉਹਨੇ ਕਿਤੇ ਜਾਣਾ ਉਹ ਫਿਰ ਪਾਈਪ ਨੂੰ ਪਾੜਦਾ ਹੈ ਪਾਈਪ ਹਾਂਜੀ yes ਪ ਇਸੇ ਤਰ੍ਹਾਂ ਹੀ ਵਿਜੇ ਜਿਹੜੇ ਬਿਲਟ ਇਨ ਗਟਰਸ ਹੈਗੇ ਆਪਣੇ ਹੂੰ ਹੂੰ ਆ ਦੋ ਤਰ੍ਹਾਂ ਦੇ ਗਟਰ ਆਪਣੇ ਚੱਲਦੇ ਆ ਮੋਸਟਲੀ ਇੱਥੇ ਇੱਕ ਹੈਗਾ ਅਲੂਮਿਨਮ ਗਟਰ ਜਿਹੜੇ ਬਾਹਰ ਲੱਗੇ ਹੁੰਦੇ ਆ ਜਿਹੜੀ ਪਾਈਪ ਜੀ ਆਉਂਦੀ ਸਿੱਧੀ ਥੱਲੇ ਨੂੰ ਹਾਂਜੀ ਉਹ ਤਾਂ ਹੋ ਗਿਆ ਡਾਊਨ ਪਾਈਪ ਅੱਛਾ ਸੌਰੀ ਹਾਂ ਉਹ ਤਾਂ ਡਾਊਨ ਪਾਈਪ ਆ ਜਿਹੜਾ ਗਟਰ ਘਰ ਦੇ ਛੱਤ ਦੇ ਨਾਲ ਨਾਲ ਚੱਲਦਾ ਜੀ ਜੀ ਚ ਕਹਿੰਦੇ ਪੱਤੇ ਫਸ ਜਾਂਦੇ ਆ ਹਾਂਜੀ ਸੋ ਵਿਜੇ ਸਰੀ ਦੇ ਵਿੱਚ ਉਹਨੂੰ ਕਾਫੀ ਆਪਣੇ ਕਾਮਨ ਆ ਬਾਹਰ ਘਟਾ ਹੈ ਇਸ ਏਰੀਆ ਦੇ ਵਿੱਚੋਂ ਮਤਲਬ ਜੇ ਤੁਸੀਂ ਆਊਟ ਆਫ ਬੀਸੀ ਚਲੇ ਜਾਓ ਤਾਂ ਬਿਲਟ ਇਨ ਗਟਰ ਬਹੁਤ ਘਟਾ ਉਹ ਜਿਹੜੇ ਬਿਲਟ ਇਨ ਗਟਰ ਹੁੰ ਇਹ ਬਹੁਤ ਸੋਹਣੇ ਲੱਗਦੇ ਆ ਬਾਹਰੋਂ ਜਦੋਂ ਚੌੜਾ ਫੇਸ਼ੀਆ ਲੱਗਿਆ ਹੁੰਦਾ 2/10 ਦਾ ਜਾਂ 2/12 ਦਾ ਤੇ ਉਹਦੀ ਉਹਦੀ ਲੈਵਲ ਵੀ ਉਹਦਾ ਘੱਟ ਹੁੰਦਾ ਉਹਦੇ ਵਿੱਚ ਹਮੇਸ਼ਾ ਪਾਣੀ ਖੜਦਾ ਉਹਦੇ ਵਿੱਚ ਜੀ ਪਰ ਉਹਦੇ ਵਿੱਚ ਕੀ ਹੁੰਦਾ ਜਿੱਥੇ ਉਹਦੀ ਜਿਹੜਾ ਉਹਦਾ ਆਪਣਾ ਹੁੰਦਾ ਜੀ ਮੈਂਬਰੇਨ ਹੁੰਦੀ ਆ ਉਹਨੂੰ ਈਪੀਡੀਐਮ ਮੈਂਬਰੇਨ ਕਹਿੰਦੇ ਆ ਜਿੱਥੇ ਉਹਦਾ ਜੋੜ ਲੱਗਦਾ ਉਹ ਸਾਈਕਲ ਦੀ ਟਿਊਬ ਵਾਂਗੂ ਪੈਂਚਰ ਲਾ ਕੇ ਜੋੜ ਲੱਗਦਾ ਅੱਛਾ ਜੀ ਮਤਲਬ ਓਵਰਲੈਪ ਹੋਇਆ ਆਂਦਾ ਉਹ ਜਿੱਥੇ ਉਹਦਾ ਜੋੜ ਲੱਗਣਾ ਆਦਾ ਸੋ ਜਦੋਂ ਛੱਤ ਦੇ ਉੱਤੋਂ ਜਿਹੜੇ ਛੱਤ ਦੇ ਉੱਤੋਂ ਜਿਹੜੇ ਬਰੀਕ ਬਰੀਕ ਉਹਨੂੰ ਪਿਗਮੈਂਟਸ ਕਹਿੰਦੇ ਨੇ ਜਿਹੜੇ ਉਹਦੇ ਐਸ਼ਫਾਲਟ ਤੇ ਜਦੋਂ ਆਉਂਦੇ ਆ ਜੀ ਉਹ ਥੱਲੇ ਆਣ ਕੇ ਗੱਟਰ ਦੇ ਵਿੱਚ ਉੱਥੇ ਆਣ ਕੇ ਰੁਕ ਜਾਂਦੇ ਆ ਸਾਰੇ ਓਕੇ ਪਾਣੀ ਤੁਰ ਜਾਂਦਾ ਉੱਥੇ ਖੜ ਜਾਂਦੇ ਆ ਪਰ ਜੇ ਉੱਥੇ ਮਾੜਾ ਜਿਹਾ ਵੀ ਉਹ ਕਾਰਨਰ ਲਿਫਟ ਹੋ ਜੇ ਤਾਂ ਉਹ ਵਿੱਚ ਵੱਢਣੇ ਸ਼ੁਰੂ ਹੋ ਜਾਂਦੇ ਆ ਮੁੜ ਕੇ ਜਿੰਨੇ ਵਾਰੀ ਫ੍ਰੀਜ਼ਿੰਗ ਹੋਏਗੀ ਓੰਨੇ ਵਾਰੀ ਉਹ ਗਾਂਹ ਦੀਆਂ ਤੁਰੇ ਜਾਂਦੇ ਜਦੋਂ ਸ਼ੈਣੀ ਵਾਂਗੂ ਕੰਮ ਕਰਦੇ ਜਦੋਂ ਆਪਾਂ ਨੂੰ ਪੱਥਰ 파ੜਦੀ ਹੈ ਨਾ ਸ਼ੈਣੀ ਜੀ ਇਹਨੂੰ ਗ੍ਰੈਂਡ ਕੈਨੀਅਨ ਇਫੈਕਟ ਕਹਿੰਦੇ ਅਨਵਾੜਾ ਤੇ ਆਪਣੇ ਅਰिजੋਨਾ ਦੇ ਬਾਰਡਰ ਤੇ ਜਿਹੜੀ ਗ੍ਰੈਂਡ ਕੈਨੀਆਂ ਨੂੰ ਇਸ ਤਰ੍ਹਾਂ ਬਣੀ ਹੋਈ ਆ ਵੀ ਉੱਥੇ ਦਿਨੇ ਰਾਤ ਨੂੰ ਠੰਡ ਪੈਂਦੀ ਆ ਪਾਣੀ ਹੁੰਦਾ ਦਿਨੇ ਮੜੀ ਜਿਹੀ ਗਰਮੀ ਹੋਈ ਪਾਣੀ ਪਿਗਲਿਆ ਪਾਣੀ ਪੱਥਰ ਦੀਆਂ ਚੀਥਾਂ ਚ ਵੜ ਗਿਆ ਰਾਤ ਨੂੰ ਫੇਰ ਫ੍ਰੀਜ਼ ਹੋਈ ਉਹਨੇ ਫੇਰ ਪਾਰਸਟ ਹੋਇਆ ਹਾਂ ਉਹਨੇ ਉਹਨੂੰ ਕੋਈ ਇਦਾਂ ਪਾਰ ਦੇ ਦੁਰੇ ਜਾਂਦੇ ਇਹਨੂੰ ਗ੍ਰੈਂਡ ਕੈਨੀਆਂ ਇਫੈਕਟ ਕਹਿੰਦੇ ਆ ਸੋ ਬਹੁਤ ਜ਼ਰੂਰੀ ਆ ਵੀ ਜਿਹੜੇ ਤੁਹਾਡੇ ਬਿਲਟਨ ਗੱਟਰ ਆ ਉਹਨਾਂ ਦੇ ਵਿੱਚ ਪਾਣੀ ਜਿੰਨਾ ਘਟ ਤੋਂ ਘਟ ਖੜੇ ਕਿੰਨੇ ਘਟ ਤੋਂ ਘਟ ਪੱਤੇ ਜਾਂ ਜੋ ਵੀ ਹੈਗਾ ਉਹਨੂੰ ਤੁਸੀਂ ਟਾਈਮਲੀ ਕਲੀਨ ਕਰੋ ਹਮਮਮ ਕਈ ਵਾਰੀ ਉੱਪਰ ਚੜ੍ਹ ਕੇ ਕਰਨਾ ਪੈਂਦਾ ਤੇ ਕਈ ਵਾਰੀ ਤੁਸੀਂ ਉਹਦੇ ਗੈਜਟ ਬਣਾ ਲੈਨੇ ਆ ਜੀ ਵੀ ਵੈਕਿਊਮ ਦੇ ਨਾਲ ਲੌਂਗ ਐਕਸਟੈਂਸ਼ਨ ਪਾਈਪ ਲਾ ਕੇ ਉਹਨੂੰ ਸੁੰਡ ਬਣਾ ਕੇ ਉੱਤੋਂ ਉਹਦੇ ਨਾਲ ਕਰਨਾ ਬਹੁਤ ਜ਼ਰੂਰੀ ਆ ਉਹ ਵਿంటర్ ਵਾਸਤੇ ਕਿਉਂਕਿ ਜਦੋਂ ਉਹਦੇ ਵਿੱਚ ਪਾਣੀ ਖੜ ਗਿਆ ਫ੍ਰੀਜ਼ਿੰਗ ਹੋਗੀ ਉਹ ਐਕਸਟਰਾ weight ਤੁਸੀਂ ਉੱਥੇ ਉਹ ਅਮਾਜ ਨਹੀਂ ਕਰ ਸਕਦੇ ਉਹਨੇ ਥੱਲੇ ਸਿੱਕ ਲੈਣਾ ਉਹ ਕਮਿਊਲੇਟ ਹੋਣਾ ਸ਼ੁਰੂ ਹੋ ਗਿਆ ਉੱਥੇ ਅੱਛਾ ਇੱਕ ਇਹ ਗੱਲ ਹੁੰਦੀ ਆ ਜੀ ਜਿਹੜੇ ਗੈਪਸ ਜਾਂ ਕ੍ਰੈਕਸ ਹੋਣ ਕਿਤੇ ਉਹ ਸੀਲ ਕਰਨੇ ਬੜੇ ਜ਼ਰੂਰੀ ਨੇ ਉਹ ਤਾਂ ਮੇਰੇ ਖਿਆਲ ਇਹੀ ਆ ਵੀ ਜਿਹੜੀ ਹਵਾ ਹੈਗੀ ਆ ਉਹ ਜਿਹੜੀ ਡਰਾਫਟ ਹੁੰਦੀ ਹੈ ਨਾ ਵੀ ਠੰਡੀ ਠੰਡੀ ਫੀਲ ਹੁੰਦੀ ਆ ਵੀ ਅਦਰਵਾਈਜ਼ ਸਾਰਾ ਕੁਝ ਗਰਮ ਆ ਇੱਥੋਂ ਲੰਘਦੇ ਆ ਇੱਕਦਮ ਠੰਡੀ ਜਿਹੀ ਹਵਾ ਦਾ ਚੁਪਕਾ ਜਾ ਪੈਂਦਾ ਸੋ ਉਹੀ ਜਿਹੜੇ ਕ੍ਰੈਕਸ ਵਗੈਰਾ ਹੁੰਦੇ ਨੇ ਆ ਕੋਈ ਅਨਸ਼ੀਲਡ ਗੈਪਸ ਹੁੰਦੇ ਨੇ ਉਹਨਾਂ ਕਰਕੇ ਹੁੰਦੀ ਪ੍ਰੋਬਲਮ ਮੈਂ ਵਜੇ ਜੀ ਕੱਲ ਹੀ ਮੇਰੀ ਘਰੇ ਕਲਾਸ ਲਾ ਕੇ ਹਟਿਆ ਵੀ ਸਾਡੇ ਵੀ ਇੱਕ ਥੋੜੀ ਜਿਹੀ ਫਰੰਟ ਡੋਰ ਦੇ ਵਿੱਚ इशੂ ਹੈਗਾ ਉਹ ਡੋਰ ਦੀ ਜਿਹੜੀ ਸੀਲ ਆ ਉਹ ਨਵੀਂ ਮਿਲ ਨਹੀਂ ਰਹੀ ਉਹਦੀ ਉਹ ਸੋ ਉਹ ਮੈਨੂੰ ਵੀ ਕਰਦੇ ਕਹਿ ਰਹੇ ਸੀ ਵੀ ਇਹਦਾ ਇਹਦਾ ਇਲਾਜ ਕਰੋ ਭਾਈ ਇੱਥੋਂ ਜਦੋਂ ਲੰਘਦੇ ਆ ਹਵਾ ਠੰਡੀ ਹੁੰਦੀ ਆ ਸੋ ਉਹ ਕੀ ਹੁੰਦਾ ਉਹ ਵੇਅਰ ਐਂਟੇਅਰ ਜਿਹੜੀ ਡੋਰਸ ਵਗੈਰਾ ਹੈਗੀ ਜਿਹੜਾ ਮਕਾਨ ਹੈਗਾ ਜੇ ਆਪਣਾ ਅਡਜਸਟ ਹੁੰਦਾ ਜੀ ਸੋ ਜਦੋਂ ਉਹਦੀ ਜਿਹੜੀ ਸੀਲ ਹੁੰਦੀ ਆ ਜੇ ਤਾਂ ਉਹ ਟਾਈਮਲੀ ਜੇ ਤਾਂ ਨਵਾਂ ਘਰ ਆ ਤੇ ਅਡਜਸਟਮੈਂਟ ਆ ਥੋੜੀ ਬਹੁਤੀ ਤੁਸੀਂ ਖੁਦ ਕਰ ਸਕਦੇ ਆ ਹੂੰ ਤੇ ਜੇ ਪੁਰਾਣਾ ਘਰ ਆ ਤੇ ਉਹਦੀ ਵੇਅਰ ਐਂਟੇਅਰ ਹੋਈ ਆ ਉਹ ਬਦਲਣੀ ਵੀ ਬਹੁਤ ਮਹਿੰਗੀ ਨਹੀਂ ਹੁੰਦੀ 10 ਡਾਲਰ ਤੋਂ ਲੈ ਕੇ 25 ਡਾਲਰ ਦੇ ਵਿੱਚ ਜਿਹੜਾ ਸੀਲ ਆ ਉਹਦਾ ਮਿਲ ਜਾਂਦਾ ਜੀ ਤੇ ਉਹਦੇ ਵਿੱਚ ਦੀ ਜਿਹੜੀ ਤੁਹਾਡੀ 에ਅਰ ਲਾਸ ਹੁੰਦੀ ਆ ਮਤਲਬ ਜੇ ਤੁਹਾਡੀ ਹੀਟ ਲਾਸ ਹੁੰਦੀ ਆ ਤੇ ਹਵਾ ਠੰਡੀ ਅੰਦਰ ਆਉਂਦੀ ਆ ਉਹਦੇ ਨਾਲੋਂ ਵੱਧ ਤੁਸੀਂ ਉਸ ਵਿੰਟਰ ਦੇ ਵਿੱਚ ਉਹਦੀ ਹੀਟ ਲਾਸ ਕਰ ਜਾਂਦੇ ਆ ਹਮ ਹਮ ਬਾਕੀ ਜਿਹੜੀ ਅਨਕੰਫਰਟੇਬਲ ਹੁੰਦਾ ਉਹ ਉਹ ਬਿਲਕੁਲ ਉਹਦੇ ਚ ਹੁੰਦਾ ਕਿਉਂਕਿ ਜਿਹੜੀ ਹੀਟ ਆ ਨਾ ਵਿਜੇ ਘਰ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਕੰਟਰੋਲ ਰੱਖੋ ਹਮ ਮਤਲਬ ਜੇ ਤੁਹਾਨੂੰ 20 ਡਿਗਰੀ ਦੀ ਲੋੜ ਆ ਨਾ 19 ਤੇ ਕਰ ਲਓ ਜੀ ਅਗਰ ਤੁਹਾਨੂੰ ਚਾਹੀਦਾ ਤਾਂ ਥੋੜਾ ਜਿਹਾ ਸਵੈਟਰ ਪਾ ਲਓ ਜਾਂ ਸ਼ਰਟ ਮੋਟੀ ਪਾ ਲਓ ਜਾਂ ਪੈਰਾਂ ਦੇ ਵਿੱਚ ਸੌਕਸਸ ਪਾ ਲਓ ਜੀ ਕਿਉਂਕਿ ਜਦੋਂ ਜਿੰਨੀ ਹੀਟ ਜ਼ਿਆਦਾ ਆ ਵਿਜੇ ਉਨਨੇ ਉਹਦੀ ਡਰਾਫਟ ਕੰਟਰੋਲ ਵੀ ਤੁਹਾਨੂੰ ਕਰਨੇ ਪੈਣੇ ਆ। ਰਾਈਟ ਹਾਂਜੀ ਉਨਨੇ ਉਹਦੀ ਲੌਸ ਆ ਉਨਨੇ ਉਹਦੀ ਜਿਹੜੀ ਹੈਗੀ ਆ ਕਿਉਂਕਿ ਅੱਜਕੱਲ੍ਹ ਵਿੰਟਰ ਦੇ ਵਿੱਚ ਬਾਹਰ ਟੈਂਪਰੇਚਰ ਮਾਈਨਸ ਤੱਕ ਵੀ ਚਲਾ ਜਾਂਦਾ ਇਨਸਾਈਡ 20 ਆ ਜੀ ਜਦੋਂ ਤੁਸੀਂ ਨਿਕਲਦੇ ਆ ਘਰੋਂ ਉਹਦੇ ਰਿਵਰਸ ਹੈਲਥ ਇਫੈਕਟ ਵੀ ਹੁੰਦੇ ਆ ਤੁਹਾਨੂੰ ਬਿਲਕੁਲ ਸੋ ਉਹ ਚੀਜ਼ਾਂ ਜਿਹੜੀਆਂ ਮੇਨਟੇਨ ਰੱਖਣੀਆਂ ਉਹ ਬਹੁਤ ਜ਼ਰੂਰੀ ਆ ਸੋ ਉਹ ਜਿਹੜੇ ਹੈਗੇ ਸੀਲ ਕ੍ਰੈਕ ਜੇ ਜੇ ਤਾਂ ਡੋਰ ਦੀ ਸਿਲ ਆ ਜਾਂ ਡੋਰ ਦੀ ਸੀਲ ਆ ਰਿਪਲੇਸੇਬਲ ਆ ਜੇ ਤੁਸੀਂ ਬਾਹਰ ਦੇਖਦੇ ਆ ਵੀ ਜਿੱਥੇ ਜੋੜ ਤੁਹਾਡੀ ਡੋਰ ਦੀ ਜੋੜ ਲੱਪਣਾ ਲੱਗਾ ਹੋਇਆ ਜੀ ਉੱਥੇ ਓਪ ਉਹਨੂੰ ਜਰੂਰ ਸੀਲ ਕਰੋ ਕਿਉਂਕਿ ਉੱਥੇ ਪਾਣੀ ਦੇ ਨਾਲ ਅੰਦਰ ਰੌਟ ਵੀ ਹੁੰਦਾ ਤੇ ਉਹਦੇ ਵਿੱਚ ਦੀ ਅੰਦਰ 에ਅਰ ਲੀਕ ਵੀ ਹੁੰਦੀ ਹੈ ਜੀ ਹਾਂਜੀ ਤਾਂ ਸੰਧੂ ਜੀ ਗੱਲ ਕਰੀਏ ਹੁਣ ਹੀਟਿੰਗ ਸਿਸਟਮ ਬਾਰੇ ਪਹਿਲਾਂ ਤਾਂ ਜਦੋਂ ਪੁਰਾਣੇ ਘਰਾਂ ਦੇ ਵਿੱਚ ਇਹ ਹੁੰਦਾ ਸੀ ਕਿ ਜੀ ਫੋਰਸ ਡੇਅਰ ਹੀਟ ਆਉ ਹੁੰਦਾ ਸੀ ਫਿਲਟਰ ਚੇਂਜ ਕਰ ਲਓ ਹਰ ਸਾਲ ਉਹਨੂੰ ਸਾਫ਼ ਕਰਾ ਲਿਆ ਫਰਨਸ ਨੂੰ ਤੇ ਹੋਰ ਸਭ ਕੁਝ ਪਰ ਹੁਣ ਹੀਟਿੰਗ ਦੇ ਵੀ ਵੱਖੋ ਵੱਖਰੇ ਤਰ੍ਹਾਂ ਦੇ ਸਿਸਟਮਸ ਆ ਗਏ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਤਰ੍ਹਾਂ ਦੀ ਹੀਟ ਅੱਜਕੱਲ੍ਹ ਘਰਾਂ ਦੇ ਵਿੱਚ ਚੱਲ ਰਹੀ ਹੈ ਬਿਲਕੁਲ ਜੇ ਟੋਟਲ ਹੀਟ ਗਣੀਏ ਤਾਂ ਮੇਬੀ ਓਵਰ 9 ਟੂ 10 ਡਿਫਰੈਂਟ ਟਾਈਪ ਹੀਟਿੰਗ ਚੱਲਦੀ ਆ ਪਰ ਜਿਹੜੀ ਮੋਸਟ ਕਾਮਨ ਆ ਫੋਰ ਸਟੇਅਰ ਦੈਟਸ ਵਨ ਰੇਡੀਐਂਟ ਹੀਟ ਕੁਆਇਟ ਕਾਮਨ ਆ ਆਪਣੇ ਇੱਥੇ ਲੋਅਰ ਮੈਨਲੈਂਡ ਦੇ ਵਿੱਚ ਇਲੈਕਟ੍ਰੀਕਲ ਹੀਟ ਤੇ ਜਿਹੜੀ ਦੂਜੀ ਹੈਗੀ ਆ ਆਪਾਂ ਨੂੰ ਜੇ ਆਪਣੀਆਂ ਹੀਟ ਪੰਪ ਵਗੈਰਾ ਹੈਗੇ ਜਾਂ ਜੀਓਥਰਮੋ ਹੈਗੀ ਆ ਤੇ ਮੋਸਟ ਜਿਹੜੀ ਹੈਗੀ ਆ ਜਿਵੇਂ ਜਿਹੜੀ ਫੋਰ ਸਟੇਅਰ ਆ ਉਹਦੇ ਪ੍ਰੋਸ ਐਂਡ ਕਾਂਸ ਆ ਵੀ ਉਹ ਪ੍ਰੋਵਾਈਡ ਇਹ ਵੀ ਇੱਕ ਕੁਇਕ ਹੀਟ ਜਦੋਂ ਤੁਸੀਂ ਟੈਂਪਰੇਚਰ ਔਨ ਕੀਤਾ ਨਾ ਸੋਟਾ ਮਿੰਟਾਂ 'ਚ ਤੁਹਾਨੂੰ ਹਵਾ ਦਾ ਬੁਲਾ ਆਇਆ ਹਾਂਜੀ ਪਰ ਉਹਦੇ 'ਚ ਡਸਟ ਵੀ ਆਉਂਦੀ ਆ ਤੇ ਉਹਨੂੰ ਲਾਉਣ ਵਾਸਤੇ ਵੱਡੇ ਬਲਕ ਹੈਡ ਵੀ ਚਾਹੀਦੇ ਮਤਲਬ ਉਹ ਤੁਹਾਡੀ ਜਗ੍ਹਾ ਲੈਂਦੇ ਆ ਜਦੋਂ ਤੁਸੀਂ ਉਹਨੂੰ ਬੇਸਮੈਂਟ 'ਚੋਂ ਲਿਆਉਣਾ ਵੱਡੀ ਟਰੰਕ ਲਾਈਨ ਲਿਉਣੀ ਤੇ ਗਾਹੋਂ 'ਚ ਬ੍ਰਾਂਚੇਸ ਕਰਨੀਆਂ ਹਾਂਜੀ ਫੇਰ ਆ ਗਈ ਤੁਹਾਡੀ ਇਰੀਡੀਅੰਟ ਹੀਟ ਜਿਹਨੂੰ ਇਨ ਫਲੋਰ ਹੀਟ ਕਹ ਦਿੰਦੇ ਆ ਉਹ ਪਾਈਪਾਂ ਹੁੰਦੀਆਂ ਪਲਾਸਟਿਕ ਦੀਆਂ ਹਾਂ 1/2 ਇੰਚ ਦੀਆਂ ਫਲੋਰ ਦੇ ਵਿੱਚ ਪਾਈਆਂ ਤੇ ਉਹਦੇ ਉੱਪਰ 1 1/2 ਇੰਚ ਸਿਮੈਂਟ ਪਾ ਦਿੰਦੇ ਆ ਹੂੰ ਹੂੰ ਸੋ ਉਹਦੇ ਨਾਲ ਉਹਦੇ ਨਾਲ ਕਾਸਟ ਵੀ ਇਨਕਰੀਸ ਹੁੰਦੀ ਆ ਪਰ ਉਹ ਐਫੀਸ਼ੈਂਟ ਬਹੁਤ ਆ ਜੀ ਉਹ ਰੇਡੀਅੰਟ ਕਰਦੀ ਆ ਜਸਟ ਐਗਜ਼ੈਕਟ ਵਰਡ ਜਿਵੇਂ ਰੇਡੀਅੰਟ ਕਰਦੀ ਆ ਬਾਡੀ ਦੇ ਵਿੱਚ ਦੀ ਰੇਡੀਅੰਟ ਹੋ ਕੇ ਹੂੰ ਹੂੰ ਹੀਟ ਪਹਿਲਾਂ ਉਹ ਪਾਈਪਾਂ ਪਹਿਲਾਂ ਬੋਇਲਰ ਤੋਂ ਚੱਲ ਕੇ ਪਾਣੀ ਗਰਮ ਹੁੰਦਾ ਫਿਰ ਉਹ ਪਾਈਪਾਂ ਨੂੰ ਗਰਮ ਕਰਦਾ ਫਿਰ ਉਹ ਸਿਮੈਂਟ ਨੂੰ ਗਰਮ ਕਰਦਾ ਫਿਰ ਜੋ ਉਹਦੇ ਉੱਤੇ ਤੁਹਾਡੀ ਫਲੋਰਿੰਗ ਪਾਈ ਉਹਨੂੰ ਕਰਕੇ ਜੀ ਜੋ ਉਹਦੇ ਤੇ ਫਲੋਰ ਤੇ ਕਾਰਪਟ ਰੱਖਿਆ ਹੋਇਆ ਡੈਕੋਰੇਟਿਵ ਸੋਫਾ ਪੈਰ ਆ ਤੁਹਾਡੇ ਬਾਡੀ ਨੂੰ ਸਲੋਲੀ ਰੇਡੀਅੈਂਟ ਕਰਦਾ ਉਹਨੂੰ ਟਾਈਮ ਲੱਗਦਾ ਉਹਨੂੰ ਅਬਾਊਟ 1 ਹਾਅਰ 45 ਮਿੰਟ ਟੂ 1 ਹਾਅਰ ਵਾਰਮ ਅਪ ਨੂੰ ਲੱਗਦਾ ਤੇ ਇੰਨਾ ਹੀ ਕੂਲ ਡਾਊਨ ਟਾਈਮ ਹੁੰਦਾ ਉਹਦਾ ਜੀ ਹਾਂਜੀ ਪ੍ਰੋਫੀਸ਼ੀਅਨ ਬਹੁਤ ਆ ਕਿਉਂਕਿ ਉਹਦੇ ਚ ਉਹਦੇ ਚ ਲਾਸ ਨਹੀਂ ਕੋਈ ਹੈਗਾ ਕਿਉਂਕਿ ਇਟਸ ਆਲ देयर ਪਰ ਉਹਦੇ ਨਾਲ ਜਦੋਂ ਘਰ ਬਣਾਉਨੇ ਤੁਸੀਂ ਘਰ ਤੇ ਭਾਰ ਵੀ ਪੈਂਦਾ ਉਹਦੀ ਜਿਹੜੀ ਉਹਦੀ ਜਿਹੜੀ ਸਾਈਜ਼ਮਿਕ ਹੈਗੀ ਉਹ ਡਿਫਰੈਂਟ ਡਿਜ਼ਾਈਨ ਹੁੰਦੀ ਉਹਦੀ ਜੀ ਕਿਉਂਕਿ ਸਿਮੈਂਟ ਦਾ ਭਾਰ ਬਹੁਤ ਹੋ ਜਾਂਦਾ ਫਿਰ ਆ ਗਈ ਤੁਹਾਡੀ ਜਿਹਦਾ ਹੀਟ ਪੰਪ ਆ ਗਏ ਹੀਟ ਪੰਪ ਹੈਗੇ ਆ ਉਹ ਤੁਹਾਡੇ ਉਹ 4 ਸੇਰ ਦੇ ਨਾਲ ਹੀ ਚੱਲਦੇ ਆ ਉਹ ਘਰ ਦੇ ਬਾਹਰ ਰੱਖਾ ਹੁੰਦਾ ਐੜਾ ਹਾਂਜੀ ਉਹ ਏਸੀ ਦਾ ਯੂਨਿਟ ਹੁੰਦਾ ਪਰ ਜਿਹੜਾ ਹੀਟ ਪੰਪ ਕਿਦਾਂ ਵੀ ਜੇ ਵੀ ਹੀਟ ਪੰਪ ਜਿਹੜਾ ਹੈਗਾ ਵੀ ਉਹ এনवायरमेंट ਦੇ ਵਿੱਚੋਂ ਲੈਂਦਾ ਆਪਣੀ ਜਿਹੜੀ ਬਾਹਰਲੀ ਹਵਾ ਇਹਨੂੰ ਲੈ ਕੇ ਕੰਪਰੈਸ ਕਰਕੇ ਹੀਟ ਕਰਕੇ ਦਿੰਦਾ ਜੀ ਸੋ ਉਹ ਐਫੀਸ਼ੀਐਂਟ ਤਾਂ ਕਿਹਾ ਜਾਂਦਾ ਵੀ ਜੇ ਉਹ 1 ਡਾਲਰ ਦੀ ਬਿਜਲੀ ਵਰਤਨ ਕਰਦਾ ਤੇ ਉਹਦੋਂ ਤੁਹਾਨੂੰ 3 ਗੁਣਾ ਉਹ ਦਿੰਦਾ ਅੱਛਾ ਜੀ ਕਿਉਂਕਿ ਉਹ এনवायरमेंट ਨਾਲ ਉਹ ਵੀ ਹਵਾ ਤੋਂ ਲੈਂਦਾ ਉਹ ਰਾਈਟ ਸੋ ਫੇਰ ਜਿਹੜੀ ਇਲੈਕਟ੍ਰੀਕਲ ਹੀਟਰ ਇਲੈਕਟ੍ਰੀਕਲ ਹੀਟ ਇਜ਼ ਨਾਟ ਅ ਮੋਸਟ ਐਫੀਸ਼ੀਐਂਟ ਪਰ ਜਦੋਂ ਤੁਸੀਂ ਲੀਗਲ ਬੇਸਮੈਂਟ ਸੂਟ ਬਣਾਉਨੇ ਆ ਤੇ ਤੁਹਾਨੂੰ ਤੁਸੀਂ ਜਿਹੜੀ ਫੋਰਸ ਰੇਡੀਅੰਟ ਹੀਟ ਤਾਂ ਸ਼ੇਅਰ ਕਰ ਸਕਦੇ ਤੁਸੀਂ ਘਰ ਦੇ ਨਾਲ ਕਿਉਂਕਿ ਉਹਦੇ ਓਪਨ ਡੱਕ ਨਹੀਂ ਹੁੰਦੇ ਪਰ ਜਿਹੜੀ ਤੁਸੀਂ ਫੋਰਸ ਸ਼ੇਅਰ ਜਦੋਂ ਸ਼ੇਅਰ ਨਹੀਂ ਕਰ ਲੈਂਦੇ ਕਿਉਂਕਿ ਉਹਦੇ ਨਾਲ ਹੁੰਦਾ ਵੀ ਜੇ ਬੇਸਮੈਂਟ ਚ ਅੱਗ ਲੱਗੀ ਤਾਂ ਉਹ ਡੱਕ ਦੇ ਵਿੱਚ ਦੀ ਆ ਗੁੱਪਰ ਚਲੀ ਜਾਣੀ ਜਾਂ ਉੱਪਰ ਲੱਗੀ ਤੇ ਬੇਸਮੈਂਟ ਚ ਆ ਜਾਣੀ ਆ ਫਿਰ ਲੋਕ ਕੀ ਕਰਦੇ ਆ ਜੀ ਵੀ ਉੱਪਰੋਂ ਇਦਾਂ ਕਰੋ ਵੀ ਉੱਪਰਲੇ ਨੂੰ ਰਨ ਕਰ ਦਿਓ ਸੈਪਰਟ ਤੇ ਥੱਲੇ ਵਾਲੇ ਨੂੰ ਇਲੈਕਟ੍ਰੀਕਲ ਪੇਸਪੋਰਟ ਕਰ ਦਿਓ ਜੀ ਪਰ ਉਹ 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 ਐਕਸੈਕਟਲੀ ਰੀਡੀ ਇੰਟਰਵਿਊ ਹੋ ਜੀ ਨੀ ਉਹ ਉਹ ਦੀ ਤੁਸੀਂ ਲੈਨੇ ਆ ਆਪਣਾ ਬਿਜਲੀ ਤੋਂ ਲੈਨੇ ਆ ਉਹ ਲੱਗੇ ਹੁੰਦੇ ਆ ਬੋਰਡ ਹੀਟਰ ਤੇ ਉਹਦੇ ਨਾਲ ਗਰਮ ਹੁੰਦੇ ਆ ਹਮਮ ਤੇ ਫਿਰ ਜੀਓਥਰਮੋ ਹੈਗੀ ਆ ਜੀਓਥਰਮੋ ਹੈਗੀ ਆ ਵੀ ਜਦੋਂ ਤੁਸੀਂ ਧਰਤੀ ਦੇ ਵਿੱਚ 5 ਤੋਂ 10 ਫੁੱਟ ਥੱਲੇ ਚਲੇ ਜਾਂਦੇ ਆ ਨਾ ਜੀ ਜਾਂ ਟੈਂਪਰੇਚਰ ਆ ਕੁਸਿਸਟੈਂਟ ਆ ਥੱਲੇ ਜੀ ਫਿਰ ਉਹ ਕੀ ਕਰਦੇ ਆ ਵੀ ਉਹ ਪਾਈਪਾਂ ਥੱਲੇ ਅਗਰ ਤੁਹਾਡੇ ਕੋਲ ਵੱਡੀ ਯਾਰਡ ਆ ਵੱਡਾ ਏਰੀਆ ਤੁਹਾਡੇ ਕੋਲੇ ਉਹਨੂੰ ਡਰਾ ਕਰਕੇ ਇੰਜੀਨੀਅਰਿੰਗ ਕਰਾ ਕੇ ਉਹਦੀ ਉਹ ਪਾਈਪਾਂ ਗਰਾਊਂਡ ਦੇ ਵਿੱਚ ਪਾ ਦਿੰਦੇ ਆ ਤੇ ਉਹਦੇ ਵਿੱਚ ਦੀ ਗਲਾਈਕੋਲ ਜਿਹੜਾ ਹੈਗਾ ਸਰਕੂਲੇਟ ਕਰਦਾ ਰਹਿੰਦਾ ਉਹ ਧਰਤੀ ਦੀ ਹੀਟ ਨੂੰ ਲੈ ਕੇ ਹੂੰ ਵਾਰਮ ਕਰਕੇ ਕੰਪਰੈਸ ਕਰਕੇ ਤੁਹਾਨੂੰ ਤੇ ਥੋੜੀ ਜੀ ਹੋਰ ਉਹਦੇ ਨਾਲ ਹੀਟਿੰਗ ਪਾਵਰ ਲਾ ਕੇ ਮਤਲਬ ਉਹਦੇ ਨਾਲ ਜਣੀ એનર્ਜੀ ਘੱਟ ਲੱਗਦੀ ਆ ਕਿਉਂਕਿ ਆਲਰੇਡੀ ਧਰਤੀ ਦੀ ਗਰਮਾਹ ਲਾ ਕੇ ਤੁਹਾਨੂੰ ਦੇ ਰਿਹਾ ਜੀ ਉਹ ਉਹ ਤਪਸ਼ ਅੱਗੇ ਸੰਜੀ ਹੋ ਰਹੀ ਆ ਹਾਂਜੀ ਜੀ ਹੁਣ ਜਿਹੜੀ ਇੱਥੇ ਮੋਸਟ ਕਾਮਨ ਹੈਗੀ ਆ ਵਿਜੇ ਉਹ ਹੈਗੀ ਆ ਰੈਡੀਐਂਟ ਹੀਟ ਜਿਹੜੀ ਅੱਜਕੱਲ ਨਵੇਂ ਘਰਾਂ ਦੇ ਵਿੱਚ ਲੋਕ ਪਾਉਂਦੇ ਆ ਜੀ ਆਪਣੇ ਬੰਦੇ ਵੀ ਤੇ ਚਾਈਨੀਜ਼ ਵੀ ਜਾਦੀ ਇਸ ਚੀਜ਼ ਨੂੰ ਲਾਈਕ ਕਰਦੇ ਆ ਹੂੰ ਹੂੰ ਗੋਰੇ ਹੀਟਨ ਮੈਸਾ ਓਕੇ ਪਰ ਇਹੇ ਅਲਰਜੀ ਵਗੈਰਾ ਤੋਂ ਬਹੁਤ ਵਧੀਆ ਕਿਉਂਕਿ ਉਹਦੀ ਡਸਟ ਐ ਨਹੀਂ ਕਿਤੇ ਤੁਹ ਸਿੱਧੀ ਹਵਾ ਨਹੀਂ ਆ ਰਹੀ ਨਾ ਹਾਂਜੀ ਸਿੱਧੀ ਹਵਾ ਨਹੀਂ ਆ ਰਹੀ ਯੈਸ ਫਿਰ ਉਹਦੇ ਨਾਲ ਹੁਣ ਕੀ ਕਰਦੇ ਆ ਜਦੋਂ ਆਪਣਾ ਏਸੀ ਯੂਨਿਟ ਲਾਉਨੇ ਆਪਾਂ ਹੂੰ ਇੱਕ ਤਾਂ ਏਸੀ ਹੋ ਗਿਆ ਵੀ ਠੰਡੀ ਹਵਾ ਦੇਣ ਨੂੰ ਇੱਕ ਏਸੀ ਯੂਨਿਟ ਦੇ ਵਿੱਚ ਹੀਟ ਪੰਪ ਲੱਗਦਾ ਹੂੰ ਹੂੰ ਕਿਉਂਕਿ ਉਹਦੀ ਇਨਸਾਲਟ ਕੋਇਲ ਸੇਮ ਹੁੰਦੀ ਆ ਪਰ ਆਊਟਸਾਈਡ ਦਾ ਪੰਪ ਆ ਉਹ ਗੱਡੀ ਦੀ ਹੀਟ ਵਾਂ अच्छा जी। ਜੇ ਤੁਸੀਂ ਕਾਰ ਦੇ ਵਿੱਚ ਬੈਠੇ ਆਂ ਜੀ ਸੇਮ ਗੱਡੀ ਆ ਤੁਹਾਡੇ ਕੋਲੇ ਪਹਿਲਾਂ ਪੁਰਾਣੀਆਂ ਗੱਡੀਆਂ ਦੇ ਵਿੱਚ ਕੱਲਾ ਹੀਟ ਅੱਡ ਹੁੰਦੀ ਸੀਗੀ ਉਹ ਪਾਣੀ ਨਾਲ ਚੱਲਦੀ ਸੀ ਤੇ ਏਸੀ ਅੱਡ ਚੱਲਦਾ ਹੁੰਦਾ ਸੀ ਜੀ ਹੁਣ ਇਹਨਾਂ ਨੇ ਉਹ ਜਿਹੜਾ ਸਿਸਟਮ ਆ ਉਹ ਕੰਬਾਈਨ ਕਰਤਾ ਕੰਬਾਈਨ ਕਰਤਾ ਵੀ ਤੁਸੀਂ ਠੰਡੇ ਤੇ ਕਰੋ ਤਾਂ ਠੰਡਾ ਤੇ ਤੱਤੇ ਤੇ ਕਰੋ ਤਾਂ ਤੱਤਾ ਸੋ ਜਿਹੜੀ ਰੇਡੀਐਂਟ ਹੀਟ ਆ ਜਦੋਂ ਬੰਦੇ ਕਰਦੇ ਵਿੱਚ ਤੁਹਾਡੇ ਏਸੀ ਲੱਗਾ ਤੇ ਉਹਦੇ ਨਾਲ ਤੁਹਾਡੇ ਹੀਟ ਪੰਪ ਲੱਗਾ ਤੁਸੀਂ ਘਰ ਚ ਆਏ ਆ ਤੁਹਾਨੂੰ ਠੰਡ ਫੀਲ ਹੁੰਦੀ ਆ ਤੁਸੀਂ ਆਹਦਾ ਜਿਹੜਾ ਏਸੀ ਯੂਨਿਟ ਆ ਉਹਨੂੰ 24 ਡਿਗਰੀ ਤੇ ਚਲਾਓ 15 ਮਿੰਟਾਂ ਚ ਘਰ ਵਾਰਮ ਹੋ ਗਿਆ ਤੁਹਾਡਾ ਹ ਤੇ ਰੀਡੀਅੰਟ ਹੀਟ ਨੇ ਐਫੀਸ਼ੈਂਟ ਨੇ ਮੁੜਕੇ ਉਹਨੂੰ ਚੱਕ ਲਿਆ ਜੀ ਕਿਉਂਕਿ ਉਹਨੇ ਉਹਨੇ ਉਹਨੂੰ ਕੀਪ ਆਪ ਰੱਖ ਲਿਆ ਜੀ ਮੋਸ ਥਰਮੋਸਟੈਟ ਜਿਹੜੀਆਂ ਹੈਗੀਆਂ ਪ੍ਰੋਗਰਾਮ ਹੈ ਬਲ ਅੱਜਕੱਲ ਉਹ ਠੰਡਾ ਹੋਣ ਨਹੀਂ ਦਿੰਦੀਆਂ ਉਹ ਟੈਂਪਰੇਚਰ ਰੱਖਦੀਆਂ ਵੀ ਉਹਦੇ ਤੇ ਔਰ ਔਰ ਵਧੀਆ ਵੀ ਐਫੀਸ਼ੈਂਟ ਵੀ ਆ ਕਿਉਂਕਿ ਜਿੰਨਾ ਕਈ ਵਾਰੀ ਇਦਾਂ ਆਪਾਂ ਦੇਖਿਆ ਵੀ ਪੁਰਾਣੇ ਖਿਆਲ ਹੁੰਦੇ ਸੀਗੇ ਵੀ ਜਦੋਂ ਜੀ ਜਾਣਾ ਹੀਟ ਬੰਦ ਕਰ ਦੋ ਨਾਲ ਕੇ ਚਲਾ ਲਾਂਗੇ ਹਾਂਜੀ ਹਾਂਜੀ ਉਹ ਕਿਉਂਕਿ ਜਿੰਨਾ ਉਹਨੇ ਠੰਡੀ ਹੋਣਾ ਉਹਨੇ ਵਿਜੇ ਆਣ ਕੇ ਮੁੜਕੇ ਉਹਨੂੰ ਚਲਾਉਣ ਨੂੰ ਬਜੋਰ ਲੱਗਿਆ ਬਿਲਕੁਲ ਜੇ ਕੰਸਿਸਟੈਂਟ ਰਹੇਗਾ ਟ ਉਹ ਜਿਹੜਾ ਹੈਗਾ ਹੀਟ ਪੰਪ ਵਾਲਾ ਸਿਸਟਮ ਨੇ ਇਸੀ ਦੇ ਵਿੱਚ ਬਿਲਟ-ਇਨ ਆ ਉਹ ਵੀ ਬਹੁਤ ਐਫੀਸ਼ੀਐਂਟ ਆ ਹਮਮ ਤੇ ਉਹ ਬਹੁਤ ਵਧੀਆ ਵੀ ਆ ਉਹਦੇ ਨਾਲ ਦੋ ਫਾਇਦੇ ਹੁੰਦੇ ਆ ਵੀ ਜਿਹੜਾ ਏਸੀ ਆ ਉਹ ਵਿੰਟਰ ਦੇ ਵਿੱਚ ਜੇ ਤੁਸੀਂ ਇਹਨੂੰ ਨਾ ਚਲਾਓ ਜਿਹੜੀਆਂ ਉਹਦੀਆਂ ਸੀਲਸ ਹੈਗੀਆਂ ਜਿਹੜਾ ਬਾਹਰਲਾ ਪੰਪ ਆ ਉਹ ਵੈਦਰ ਦੇ ਨਾਲ ਡਰਾਈ ਹੋ ਜਾਂਦੀਆਂ ਉੱਥੇ ਮੋਟਰ ਚੱਲਣੀ ਆ ਸੀਲਸ ਨੇ ਉਹਦੀ ਗੈਸ ਕਲੋਜ਼ ਕਰਕੇ ਰੱਖੀ ਹੁੰਦੀ ਆ ਤੇ ਜੇ ਉਹ ਸੀਲਸ ਡਰਾਈ ਹੁੰਦੀਆਂ ਤੇ ਉਹ ਜਦੋਂ ਸਮਰ ਆਉਂਦੀ ਆ ਆਪਾਂ ਐਕਸਾਈਟਡ ਹੋਏ ਨੇ ਏਸੀ ਚਲਾਉਣਾ ਤੇ ਉਹ ਸੀਲ ਹਾਰਡ ਹੋਈ ਹੁੰਦੀ ਤਾਂ ਉਥੋਂ ਲੀਕ ਹੋ ਜਾਂਦਾ ਜੀ ਪਰ ਜੇ ਉਹ ਆਨ ਆਫ ਮਿੰਟਰ ਦੇ ਵਿੱਚ ਚੱਲਦਾ ਰਹੇ ਤਾਂ ਉਹ ਲੂਬ੍ਰੀਕੇਸ਼ਨ ਹੁੰਦੀ ਰਹਿੰਦੀ ਉਹਦੇ ਨਾਲ ਹਾਂਜੀ ਇੱਕ ਚੀਜ਼ ਹੋਰ ਹੈ ਵੀ ਅੱਜ ਕੱਲ ਘਰਾਂ ਦੇ ਵਿੱਚ ਪਿੱਛੇ ਜੇ 2 ਸਾਲ ਪਹਿਲਾਂ ਆਪਾਂ ਨੂੰ ਪਾਵਰ ਦੇ ਇਸ਼ੂ ਆਏ ਸੀ ਹੂੰ ਹੂੰ ਪੰਜ ਚਾਰ ਤਣ ਬਿਜਲੀ ਬੰਦ ਰਹੀ ਬੜਾ ਸਟੋਰ ਮਾਇਆ ਉਹ 20 15 16 ਛੋਇਆ ਸੀ ਯੈਸ 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 ਤੇ ਕਿਉਂਕਿ ਜਿਹੜੇ ਘਰ ਅੱਜ ਕੱਲ ਆਪਾਂ ਡੂੰਘੀਆਂ ਬੇਸਮੈਂਟਾਂ ਬਣਾਉਂਦੇ ਆ ਹਾਂ ਹਾਂਜੀ ਹੁਣ ਉਹਨਾਂ ਦਾ ਕਈਆਂ ਦਾ ਪੁਰਾਣੇ ਏਰੀਆ ਚ ਡੂੰਘੇ ਘਰ ਬਣੇ ਆ ਤੇ ਉਹਨਾਂ ਦਾ ਸਟੋਰਮ ਸਿਸਟਮ ਆ ਜਿਹੜਾ ਉਹ ਹਾਈ ਆ ਉੱਥੇ ਪੰਪ ਲੱਗਦਾ ਜੀ ਸੂਰ ਨੂੰ ਵੀ ਤੇ ਸਟੋਰਮ ਨੂੰ ਵੀ ਬਾਹਰਲੇ ਮਤਲਬ ਜਿਹੜੀ ਆਪਣੇ ਹੈਗੀ ਆ ਆ ਡਰੇਨ ਟਾਲਸ ਵਗੈਰਾ ਅਗਰ ਬਿਜਲੀ ਚਲੀ ਜਾਵੇ ਤਾਂ ਪੰਮ ਬੰਦ ਹੋ ਜਾਣਾ ਹੂੰ ਪੰਪ ਬੰਦ ਹੋ ਗਿਆ ਤਾਂ ਪਾਣੀ ਬੇਸਮੈਂਟ ਚ ਆਉਣ ਦਾ ਡਰ ਰਹਿੰਦਾ ਜੀ ਫਿਰ ਉਸ ਚੀਜ਼ ਵਾਸਤੇ ਕਈ ਸਿਟੀਆਂ ਨੇ ਆਖਿਆ ਵੀ ਜੇ ਤੁਸੀਂ ਉਹ ਪੰਪ ਲਾਉਣਾ ਤਾਂ ਤੁਹਾਨੂੰ ਮੈਂਡਟਰੀ ਆ ਜਨਰੇਟਰ ਲਾਉਣਾ ਪੈਣਾ ਉੱਥੇ ਪਾਵਰ ਬੈਕਅਪ ਹੋਣੀ ਚਾਹੀਦੀ ਹੈ ਪਾਵਰ ਬੈਕਅਪ ਹੋਣੀ ਚਾਹੀਦੀ ਹੈ ਜੀ ਹੁਣ ਜਨਰੇਟਰ ਨਾਲ ਸਾਰਾ ਕੁਝ ਤਾਂ ਨਹੀਂ ਚੱਲ ਸਕਦਾ ਅਨਲਸੋ ਦੀ ਜਣੀ ਜਿਹੜੀ ਉਹਦੀ ਕੈਪੈਸਿਟੀ ਉਸ ਹਿਸਾਬ ਨਾਲ ਪਰ ਉਹਦੇ ਨਾਲ ਜਿਹੜੇ ਐਸੈਂਸ਼ੀਅਲਸ ਉਹ ਚੱਲ ਜਾਂਦੇ ਆ ਹੂੰ ਵਿੰਟਰ ਦੇ ਵਿੱਚ ਕੰਡਿਸ਼ਨਾਈਜ਼ ਕਰਨ ਵਾਸਤੇ ਇੱਕ ਚੀਜ਼ ਇਹ ਵੀ ਬਹੁਤ ਜ਼ਰੂਰੀ ਹੈ ਵੀ ਜਿਹੜੇ ਵੀਰਾਂ ਭੈਣਾਂ ਦੇ ਜਨਰੇਟਰ ਲੱਗੇ ਹੋਣਾ ਘਰ ਦੇ ਵਿੱਚ ਉਹਨੂੰ ਇੱਕ ਵਾਰੀ ਆਪ ਦਾ ਸਵਿਚ ਟ੍ਰਿਪ ਕਰਕੇ ਚਲਾ ਕੇ ਦੇਖੋ ਵੀ ਚੱਲਦਾ ਕਿਉਂਕਿ ਆਪ ਬਹੁਤ ਕਾਊਂਟ ਕਰੀ ਜਾਂਦੇ ਵੀ ਸਾਡੇ ਜਨਰੇਟਰ ਲੱਗਾ ਜੀ ਕਿਉਂਕਿ ਜਨਰੇਟਰ ਇੱਕ ਇੰਜਨ ਉਹਦੇ ਚ ਮੋਟਰ ਉਹ ਇੰਨੇ ਮੇਨਟੇਨੈਂਸ ਵੀ ਮੰਗਦਾ ਜੀ ਕਿ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਜਨਰੇਟਰ ਬਾਹਰ ਪਿਆ ਆਪਾਂ ਸਿਰਫ ਲਈ ਸਰਾਣਾ ਦੇ ਕੇ ਸੁਟੇ ਲੋਡ ਹੀ ਨਹੀਂ ਪਈ ਹਾਂਜੀ ਪਰ ਜਦੋਂ ਚਲਾਉਣਾ ਉਹ ਨਹੀਂ ਚੱਲਣਾ ਨਹੀਂ ਫਿਰ ਉਹਦਾ ਫੈਸਲਾ ਕੀ ਹੂੰ ਸੋ ਇਹ ਵੀ ਬਹੁਤ ਐਸੈਂਸ਼ੀਅਲ ਹੈਗਾ ਜਿਹੜਾ ਹੈਗਾ ਵੀ ਵੈਂਟਰਾਇਜ਼ ਪਾਰਟ ਇੱਕ ਜਨਰੇਟਰ ਨੂੰ ਵੀ ਆਪਦੇ ਨੇ ਚੈੱਕ ਕਰੋ ਚਾਹੇ ਉਹਨੂੰ ਮੈਨੂਅਲੀ ਟ੍ਰਿਪ ਕਰਕੇ ਦੇਖੋ ਚਾਹੇ ਉਹਨੂੰ ਇਲੈਕਟ੍ਰੀਸ਼ੀਅਨ ਬੁਲਾ ਕੇ ਜਾਂ ਜੋ ਵੀ ਹੈਗਾ ਜੀ ਉਹਦਾ ਚੈੱਕ ਕਰੋ ਹੂੰ ਸੈਕੰਡ ਕੁਐਸਚਨ ਤੁਸੀਂ ਕੀਤਾ ਸੀ ਐਚ ਆਰ ਵੀ ਹਾਂ ਐਚ ਆਰ ਵੀ ਇਹ ਹੁਣ ਬਕਸੇ ਜੇ ਲੱਗੇ ਹੋਏ ਨੇ ਕਈ ਨਵੇਂ ਘਰਾਂ 'ਚ ਲ ਤੇ ਇਹਨੂੰ ਸਹੀ ਢੰਗ ਨਾਲ ਯੂਜ਼ ਕਿਵੇਂ ਕਰਨਾ ਸੋ ਵਿਦ ਜਿਹੜਾ ਨਾ ਐਚ ਆਰ ਵੀ ਹੈਗਾ ਹੁਣ ਇਹਨੂੰ ਕਹਿੰਦੇ ਆ ਹੀਟ ਰਿਕਵਰੀ ਵੈਂਟਲੇਸ਼ਨ ਅੱਛਾ ਜੀ ਗਵਰਨਮੈਂਟ ਦੇ ਜਿਵੇਂ ਜਿਵੇਂ ਆਪਾਂ এনवायरमेंट ਵਾਲੋਂ ਤੁਰੇ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਇਹਨੂੰ ਆਪਾਂ એનર્ਜੀ ਨੂੰ ਕੰਟਰੋਲ ਕਿੱਦਾਂ ਕਰਨਾ ਹੂੰ ਹੂੰ ਸੋ ਨਵੇਂ ਘਰਾਂ ਦੇ ਵਿੱਚ ਇਹਨਾਂ ਨੇ ਸਟੈਪ ਕੋਡ ਇੰਟਰੋਡਿਊਸ ਕੀਤੇ ਹੋਏ ਆ ਉਹਦੇ ਬਾਰੇ ਆਪਾਂ ਗੱਲ ਕਿਤੇ ਫੇਰ ਕਰ ਸਕਦੇ ਲੰਮੀ ਚੌੜੀ ਇਟ ਇਸ ਸਟੈਪ ਕੋਡ ਨੂੰ ਮੇਨਟੇਨ ਕਰਨ ਵਾਸਤੇ ਹੀਟ ਰਿਕਵਰੀ ਵੈਂਟિલેਸ਼ਨ ਜਿਹੜਾ ਐਚ ਆਰ ਵੀ ਬਾਕਸ ਉਹ ਲਾਉਣਾ ਪੈਂਦਾ ਇਟਸ ਵਨ ਆਫ ਦੀ ਆਪਸ਼ਨਸ ਨਾਟ ਦੀ ਓਨਲੀ ਆਪਸ਼ਨ ਬਟ ਵਨ ਆਫ ਦੀ ਆਪਸ਼ਨ ਹੈਗੀ ਹੈ ਐਚ ਆਰ ਵੀ ਕੀ ਆ ਜਦੋਂ ਆਪਾਂ ਤੁਹਾਨੂੰ ਸਿੰਪਲ ਅੱਖਰਾਂ ਦੇ ਵਿੱਚ ਮੈਂ ਸਮਝਾਵਾਂ ਜਿਵੇਂ ਆਪਣੇ ਹਾਰਮੋਨੀਅਮ ਵਾਜੇ ਹੁੰਦੇ ਆ ਨਾ ਜੀ ਉਹਦਾ ਜਿਹੜਾ ਬੈਫਲ ਹੁੰਦਾ ਜਿਹੜਾ ਜਿਸ ਨੂੰ ਆਪਾਂ ਜਿੱਥੋਂ ਹਵਾ ਭਰਦੇ ਆ ਉਹ ਕਰੈਕਟ ਉਹ ਇੱਕ 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 ਤਰ੍ਹਾਂ ਵੀ ਉਹ ਆ ਵੀ ਇੱਕ ਪਾਸਿਓਂ ਜਿਹੜੀ ਤੁਹਾਡੀ ਇਨਸਾਈਡ ਕਰਦੇ ਵਿੱਚ 20 ਡਿਗਰੀ ਹੀਟ ਆ ਜਦੋਂ ਤੁਸੀਂ ਹਵਾ ਬਾਹਰ ਕੱਢਦੇ ਆ ਤੇ ਨਵੀਂ ਹਵਾ ਲੈਣੀ ਆ ਘਰ ਦੇ ਵਿੱਚ ਬਾਹਰ ਹਵਾ 5 ਡਿਗਰੀ ਤੇ ਆ ਜਾਂ 4 ਤੇ ਜਾਂ 2 ਤੇ ਆ ਅੰਦਰੋਂ 21 20 ਡਿਗਰੀ ਚੱਲਦੀ ਆ ਹੂੰ ਹੂੰ ਰਾਈਟ ਸੋ ਜਦੋਂ 20 ਡਿਗਰੀ ਨੇ ਤੁਸੀਂ ਬਾਹਰ ਛੱਡਣਾ ਹਵਾ ਨੂੰ ਤੇ 5 ਨੂੰ ਅੰਦਰ ਲਿਆਉਣਾ ਜਾਂ 3 ਨੂੰ ਅੰਦਰ ਲਿਆਉਣਾ ਤੁਹਾਨੂੰ ਕਿੰਨੀ એનર્ਜੀ ਲੱਗਣੀ ਆ ਉਹ 5 ਡਿਗਰੀ ਨੂੰ 20 ਡਿਗਰੀ ਤੇ ਕਰਨ ਤੇ ਮੁੜ ਕੇ ਰਾਈਟ ਹੁਣ ਉਹ ਕਹਿੰਦੇ ਆ ਵੀ ਜਦੋਂ 20 ਡਿਗਰੀ ਲੰਘ ਰਹੀ ਉੱਥੋਂ ਦੀ ਤੇ 5 ਡਿਗਰੀ ਅੰਦਰ ਆ ਰਹੀ ਆ ਉਹ ਆਪਸ ਵਿੱਚ ਮਿਕਸ ਨਹੀਂ ਹੁੰਦੀ 에ਰ ਪਰ ਉਹ ਪ੍ਰੀਵਾਰਮ ਹੋ ਜਾਂਦੀ ਆ ओके सो ਜਿਹੜੀ 5 ਡਿਗਰੀ ਵਾਲੀ ਆ ਜਦੋਂ 20 ਡਿਗਰੀ ਵਾਲੀ ਨਾਲ ਖਿੰਦੀ ਆ ਉਹ ਆਣ ਕੇ ਤਾਂ ਉਹ 12 13 ਡਿਗਰੀ ਬਣ ਜਾਂਦੀ ਆ ਓਕੇ ਸੋ ਉਹ ਗੰਦੀ ਹਵਾ 20 ਡਿਗਰੀ ਵਾਲੀ ਜਿਹੜੀ ਲਾਸ ਕੱਢਦੇ ਆ ਤੇ ਨਵੀਂ ਜਿਹੜੀ 5 ਡਿਗਰੀ ਵਾਲੀ ਆ ਰਹੀ ਆ ਉਹਨੂੰ ਉਹ ਆਪਣਾ ਰਾਹ ਚ ਮਿਕਸ ਨਹੀਂ ਹੁੰਦੀ ਪਰ ਉਹਨੂੰ ਮਿਲ ਕੇ ਉਹਨੂੰ ਪ੍ਰੀਵਾਰਮ ਕਰਕੇ ਦੇ ਦਿੰਦੀ ਆ ਉਹ ਬਕਸਾ ਜਿਹੜਾ ਉਹ ਤੇ ਹੀਟ ਉਹਨੂੰ ਦੇ ਦਿੰਦਾ ਐਚ ਆਰ ਵੀ ਜਿਸ ਨਾਲ ਉਹ ਉੱਥੇ ਸਮਝ ਜਾਂਦੀ ਆ ਸੋ ਉਹਨੂੰ ਕਹਿੰਦੇ ਅੱਖਾਂ ਅੱਖਾਂ ਦਾ ਇਸ਼ਾਰਾ ਹੋ ਜਾਂਦਾ ਸੋ ਉਹਨੂੰ ਕਹਿੰਦੇ ਹੀਟ ਰਿਕਵਰੀ ਵੈਂਟਲੇਸ਼ਨ ਮਤਲਬ ਵੀ ਹੀਟ ਰਿਕਵਰ ਕਰ ਲਈ ਵੈਂਟਲੇਸ਼ਨ ਹੋ ਗਈ ਓਕੇ ਪਰ ਉਹ ਜਿਹੜਾ ਹੈਗਾ ਨਾ ਜੀ ਜਿਹੜਾ ਜਿਹੜਾ ਘਰ ਬਣਦੇ ਆਪਣੇ ਬੀਸੀ ਦੇ ਵਿੱਚ ਇੱਥੇ ਜਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਜਿਹੜੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਉਹਨੂੰ ਵੈਂਟਿਲੇਸ਼ਨ ਚੈੱਕ ਲਿਸਟ ਕਿਹਾ ਜਾਂਦਾ ਉਹ ਇਸ ਤਰ੍ਹਾਂ ਕੈਲਕੂਲੇਟ ਕੀਤੀ ਜਾਂਦੀ ਹੈ ਵੀ ਮਾਸਟਰ ਬੈਡਰੂਮ ਦੇ ਵਿੱਚ ਓਕੀ 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 ਓ ਕਰ ਤੁਹਾਡੇ ਕੋਲ ਹੈਗਾ 8 ਬੈਡਰੂਮ ਦਾ ਤੇ ਰਹਿ ਰਹੇ ਚਾਰ ਜਣੇ ਉਹਦੇ ਵਿੱਚ ਤੁਸੀਂ ਜੀ ਤੁਹਾਡਾ ਘਰ ਤੁਸੀਂ ਓਵਰ ਡਰਾਈ ਕਰ ਰਹੇ ਆ ਕਿਉਂਕਿ ਜਦੋਂ ਬੰਦਾ ਘਰ ਦੇ ਵਿੱਚ ਰਹਿੰਦਾ ਹੈ ਨਾ ਜੀ ਸ਼ਾਵਰ ਲੈਂਦਾ ਕੱਪੜੇ ਸਿਕਾਉਂਦਾ ਉਹ ਤੇ ਜੀ ਸੌਂਦਾ ਬਾਡੀ ਆ ਜਿਹੜੀ ਉਹ ਮੋਇਸਚਰ ਰਿਲੀਜ਼ ਕਰਦੀ ਆ ਹੈ ਜੀ ਡੌਗ ਆ ਤੁਹਾਡੇ ਘਰ ਦੇ ਵਿੱਚ ਪਲਾਂਟਸ ਹੈਗੇ ਆ ਸੋ ਉਹ ਚੀਜ਼ ਘਰ ਨੂੰ ਜੇ ਜਿਆਦਾ ਗਿੱਲਾ ਘਰ ਆ ਵਿਜੇ ਉਹ ਵੀ ਖਤਰਨਾਕ ਹੈ ਜੇ ਜਿਆਦਾ ਸੁੱਕਾ ਉਹ ਵੀ ਕਿਉਂਕਿ ਡਰਾਈ ਦੇ ਜੋੜ ਖੁੱਲਣ ਲੱਗ ਜਾਂਦੇ ਫਿਰ ਤੁਸੀਂ ਹੁਣ ਕਈ ਬੰਦੇ ਇਹ ਕਹਿੰਦੇ ਜੀ ਸਾਡੇ ਜੀ ਜਿਹੜੇ ਆਪਣਾ ਅਸੀਂ ਤਾਂ ਨਵਾਂ ਕਰ ਲਿਆ ਸਾਲ ਬਾਅਦ ਆ ਸਾਰੇ ਜੋੜ ਖੁੱਲ ਗਏ ਯਾਰ ਕਾਰੀਗਰਾਂ ਨੇ ਕੰਮ ਨਹੀਂ ਵਧੀਆ ਕੀਤਾ ਜਾਂ ਪੇਂਟਰਾਂ ਨੇ ਜਾਂ ਫਿਨਿਸ਼ਿੰਗ ਵਾਲਿਆਂ ਨੇ ਉਹਦੇ ਉਹ ਇਸ਼ੂ ਹੈ ਵੀ ਉਹ ਘਰ ਡਰਾਈ ਜਿਆਦਾ ਆ ਫਿਰ ਉਹਦੀਆਂ ਤਿੰਨ ਸੈਟਿੰਗਸ ਆ ਹਮ ਇਹ ਕਹਿੰਦੀ ਗ੍ਰੀਨ ਲਾਈਟ ਹੁੰਦੀ ਆ ਇੱਕ ਨਾਰਮਲ ਯੈਲੋ ਹੁੰਦੀ ਆ ਇੱਕ ਰੈੱਡ ਹੁੰਦੀ ਆ ਹਮ ਹਮ ਉਹ ਤੁਸੀਂ ਆਪਦੀ ਹਿਊਮਿਡਿਟੀ ਦੇਖਣੀ ਆ ਘਰ ਦੇ ਵਿੱਚ ਤੁਹਾਡੇ ਗਿੱਲਾ ਕਿੰਨਾ ਘਾਰਾ ਮਤਲਬ ਤੁਹਾਡੇ ਵਿੱਚ ਮੋਇਸਟ ਕਿੰਨਾ ਘਰ ਦੇ ਵਿੱਚ ਜੇ ਜਿਆਦਾ ਆ ਤਾਂ ਉਸ ਹਾਰ ਨੂੰ ਤੁਸੀਂ ਉਹਨੂੰ ਸੈੱਟ ਕਰੋ ਉਹਦੀ ਐਡਜਸਟਮੈਂਟ ਉਸ ਤਰ੍ਹਾਂ ਕਰੋ ਜਿਹੜੀ ਜੀ ਇਹ ਏਹਰਵੀ ਸੋ ਇਹਰਵੀ ਹੀਟ ਨੂੰ ਰਿਕਵਰ ਕਰਦਾ ਤੇ ਉਹ এনवायरमेंट ਨੂੰ ਜਾਨੀ ਉਹ ਇੱਕ ਰਿਕੁਆਇਰਮੈਂਟ ਬਣ ਗਈ ਆ ਵੀ ਜੇ ਤੁਸੀਂ ਜਦੋਂ ਘਰ ਬਣਾਉਂਦੇ ਆ ਤੇ ਉਹਦੇ ਨੰਬਰ ਜਦੋਂ એનર્ਜੀ ਦੇ ਐਡਵਾਈਜ਼ਰ ਤੋਂ ਟੈਸਟ ਕਰਾਉਣੇ ਆ ਜੇ ਇਹਰਵੀ ਲੱਗਾ ਉਹਦੇ ਤੁਹਾਨੂੰ ਬੈਨੀਫਿਟ ਹੁੰਦੇ ਆ ਉਹਦੇ ਪਾਸੇ ਨੂੰ ਹਾਂਜੀ ਸੋ ਇਹ ਇਹ ਬਹੁਤ ਜ਼ਰੂਰੀ ਆ ਵੀ ਜਿਹੜੀ ਉਹਦੀ ਸੈਟਿੰਗ ਆ ਤੇ ਜਿਹੜਾ ਉਹਦਾ ਟਾਈਮਲੀ ਫਿਲਟਰ ਚੇਂਜ ਕਰਨਾ ਜਾਂ ਜੋ ਵੀ ਆ ਉਹ ਵੀ ਮੇਨਟੇਨੈਂਸ ਬਹੁਤ ਜ਼ਰੂਰੀ ਆ ਕਿਉਂਕਿ ਉਹ ਤੁਹਾਨੂੰ ਇਹ ਸਰਕੂਲੇਸ਼ਨ ਦਿੰਦਾ ਜੀ ਹਾਂਜੀ ਅੱਛਾ ਹੁਣ ਹੋਰ ਵੀ ਪੁਆਇੰਟਸ ਬਥੇਰੇ ਨੇ ਜੀ ਮੈਂ ਅਦਰ ਬੱਕੜੀ ਵਾਲ ਵੀ ਜਦੋਂ ਨਜ਼ਰ ਮਾਰਦਾ ਤੇ ਸਮਾਂ ਬੜੀ ਤੇਜ਼ੀ ਨਾਲ ਭਜਾਇਆ ਜਾਂਦਾ ਅੱਛਾ ਐਟਿਕ ਦੀ ਇਨਸਪੈਕਸ਼ਨ ਤੇ ਇਨਸੂਲੇਸ਼ਨ ਦੀ ਇਨਸਪੈਕਸ਼ਨ ਹਾਂਜੀ ਉਹ ਵੀ ਬੜੀ ਜ਼ਰੂਰੀ ਆ ਜੀ ਹਣੇ ਨਵੇਂ ਘਰਾਂ ਦੇ ਵਿੱਚ ਜਿਹੜੇ ਜਦੋਂ ਨਵਾਂ ਘਰ ਆਪ ਬਣਾਉਂਦੇ ਆ ਜਿਹੜੀ ਐਟਿਕ ਦੇ ਵਿੱਚ ਜੇ ਬਾਟਡ ਇਨਸੂਲੇਸ਼ਨ ਆ ਉਹਦੀ ਨਾ ਮਿਨੀਮਮ ਰਿਕੁਆਇਰਮੈਂਟ ਅੱਜਕੱਲ ਹੂੰ ਹੂੰ ਪੁਰਾਣੀ 28 ਹੁੰਦੀ ਸੀਗੀ ਆਰ ਵੈਲਿਊ ਦੀ ਜਿਹੜੀ ਜੁਜਲ ਵੈਲਿਊ ਅੱਜਕੱਲ ਜੇ ਤੁਸੀਂ ਡਿਪੈਂਡ ਆ ਵੀ ਕਿਹੜੇ ਜੂਰਿਸਟ੍ਰਕਸ਼ਨ ਦੇ ਵਿੱਚ ਘਰ ਪਾਉਂਦੇ ਆ ਏ 40 ਤੋਂ ਲੈ ਕੇ 50 ਤੱਕ 60 ਤੱਕ ਵੀ ਜਾ ਰਹੀ ਆ ਅੱਗਾਹ ਦੀਆਂ ਇਹ ਵਧੀ ਜਾਣੀਆਂ ਹੂੰ ਹੂੰ ਕਿਉਂਕਿ ਜਦੋਂ એનર્ਜੀ ਦੇ ਹਿਸਾਬ ਨਾਲ ਐਕਸਟਰਾ ਇਨਸੂਲੇਸ਼ਨ ਮੰਗਦੇ ਆ ਹੁਣ ਉਹਦੇ ਵਿੱਚ ਜੇ ਤੁਹਾਡੇ ਐਟਿਕ ਦੇ ਵਿੱਚ ਪ੍ਰੋਪਰ ਵੈਂਟਿਲੇਸ਼ਨ ਹੈ ਨਹੀਂਗੀ ਦੀ ਪ੍ਰੋਪਰ ਇਨਸੂਲੇਸ਼ਨ ਹੈ ਨਹੀਂਗੀ ਉਥੋਂ ਦੀ ਵੀ ਹੀਟ ਲਾਸ ਬਹੁਤ ਹੁੰਦੀ ਹੈ ਕਿਉਂਕਿ ਹੀਟ ਰਾਈਜ਼ ਹੁੰਦੀ ਹੈ ਹਾਂਜੀ ਸਾਰਿਆਂ ਤੋਂ ਵੱਧ ਹੀਟ ਲਾਸ ਜੇ ਆਪਾਂ ਦੇਖੀਏ ਵਿਜੇ ਛੋਟੇ ਏਰੀਆ ਦੇ ਵਿੱਚ ਜਾ ਕੇ ਜਿੱਥੇ ਆਪਣਾ ਹਾਚ ਹੁੰਦੀ ਹੈ ਜਿਹੜੀ ਆਪਣੇ ਉੱਤੇ ਐਟਿਕ ਐਕਸੈਸ ਕਹ ਦਿੰਦੇ ਨੇ ਮੋਸਟਲੀ ਮਾਸਟਰ ਕਲੋਜ਼ਟ ਦੇ ਵਿੱਚ ਜਾਂ ਵਰਟੀਕਲ ਕਲੋਜ਼ਟ ਵਿੱਚ ਰੱਖੀ ਹੁੰਦੀ ਹੈ ਉਹ ਹਾਂਜੀ ਉਹਨੂੰ ਸੀਲ ਲਾਈ ਹੁੰਦੀ ਹੈ ਇੱਕ ਵਸ ਗਿਆਸਕਟ ਜਾ ਹੂੰ ਤੁਸੀਂ ਇਮੇਜਿਨ ਕਰੋ ਵੀ ਬਾਹਰ 네ਗਟਿਵ ਪ੍ਰੈਸ਼ਰ ਅੰਦਰ ਘਰ ਦੇ ਵਿੱਚ ਜਿਆਦਾ ਪ੍ਰੈਸ਼ਰ ਆ ਜਦੋਂ ਅਰਧ ਘਰ ਦਾ ਪ੍ਰੈਸ਼ਰ ਉਹਨੇ ਉਹਨੂੰ ਫੋਰਸਫੁਲੀ ਥੋੜਾ ਜਿਹਾ ਤਾਂ ਉਹਨੂੰ ਚੱਕ ਕੇ ਰੱਖਣਾ ਉਹਨੂੰ ਪੁੱਤ ਭਾਰਤ ਕੋਈ ਰੱਖਿਆ ਨਹੀਂ ਜੀ ਹਾਂਜੀ ਹੁਣ ਉਹਦੇ ਮਗਰ ਕੋਈ ਉਹ 1/2 ਇੰਚ ਦੀ ਡਰਾਈਵ ਵਾਲਾ ਜੇ ਉਹਦੇ ਉੱਤੇ ਡਰਾਈਵ ਵਾਲ ਦੇ ਉੱਤੇ ਤੁਸੀਂ ਬੈਟ ਨਹੀਂ ਲਾਇਆ ਉਥੋਂ ਦੀ ਵੀ 에ਅ ਲੀਕ ਹੁੰਦੀ ਆ ਹੂੰ ਬਾਕੀ ਤੁਸੀਂ ਆਰਟਿਕ ਦੇ ਵਿੱਚ ਜਾ ਕੇ ਦੇਖੋ ਵੀ ਤੁਹਾਡੀ ਪ੍ਰੋਪਰ ਵੈਂਟਲੇਸ਼ਨ ਹੋ ਰਹੀ ਆ ਜੀ ਤੇ ਇਨਸੂਲੇਸ਼ਨ ਪ੍ਰੋਪਰ ਹੈਗੀ ਆ ਕਿਉਂਕਿ ਹੀਟ ਲਾਸ ਜਿਹੜੀ ਹੈਗੀ ਆ ਉਹ ਐਟਿਕ ਦੇ ਵਿੱਚ ਦੀ ਬਹੁਤ ਹੁੰਦੀ ਆ ਜੀ ਸਾਨੂੰ ਇੱਕ ਮਾੜੀ ਆਦਤ ਹੈ ਜਦੋਂ ਅਸੀਂ ਨਾ ਮਾੜੇ ਮਾੜਾ ਕਿਤੇ ਥੋੜੀ ਥੋੜੀ ਸਨੋ ਪਈ ਹੋਵੇ ਜਾਂ ਫਰੋਸਟ ਹੋਈ ਹੋਵੇ ਜਿਵੇਂ ਆਪਣੇ ਵੀਕੈਂਡ ਤੇ ਸੀਗੀ ਤੇ ਜਿਹੜੇ ਘਰਾਂ ਦੇ ਵਿੱਚ ਹੀਟ ਲਾਸ ਹੁੰਦੀ ਆ ਨਾ ਜੀ ਤੁਸੀਂ ਜਾਂਦੇ ਹੋਏ ਡਰਾਈਵ ਕਰਕੇ ਦੇਖੋ ਵੀ ਉੱਥੇ ਜਿੱਥੇ ਟਰਸ ਹੁੰਦੇ ਆ ਉਹਨੇ ਥਾਂ 'ਚ ਹੀ ਕੋਹਰਾ ਹੁੰਦਾ ਬਾਕੀ ਸਾਰਾ ਚੱਕਿਆ ਹੁੰਦਾ ਉੱਥੋਂ ਕਿਉਂਕਿ ਉੱਥੇ ਹੀਟ ਜਾਂਦੀ ਆ ਹੂੰ ਹੀਟ ਵਿੱਚ ਐਟਿਕ ਤੇ ਵੜੀ ਗਈ ਹੀਟ ਨਾਲ ਉੱਤੋਂ ਫਰੋਸਟ ਛੇਤੀ ਮੈਲਟ ਹੋ ਜਾਂਦੀ ਓਦੀ ਜੀ 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 ਯੈਸ ਜਿਹੜੇ ਜਦੋਂ ਸਨੋ ਪਈ ਆ ਉਸ ਤਾਂ ਕਿ ਤੁਸੀਂ ਕਦੇ ਵੀ ਡਰਾਈਵ ਕਰਦੇ ਹੋਏ ਉਹਦੇ ਤੁਹਾਨੂੰ ਛੱਤ ਦੇ ਉੱਪਰ ਇੱਕ ਜਿੱਥੇ ਜਨੀ 2/4 ਲੰਗਦੀ ਆ ਉਹਨੇ ਥਾਂ ਦੇ ਉੱਤੇ ਕੋਰਾ ਪਿਆ ਹੋਊਗਾ ਬਾਕੀ ਸਾਰਾ ਲੱਥਾ ਹੋਊਗਾ ਹਾਂ ਬਾਕੀ ਉਹ ਇਨਕੰਸਿਸਟੈਂਟ ਜਿਹਾ ਹੁੰਦਾ ਸਾਰਾ ਪੈਚ ਜੇ ਬਣੇ ਹੁੰਦੇ ਨੇ ਤੇ ਜਿਹੜੇ ਘਰ ਦੇ ਵਿੱਚ ਵਧੀਆ ਐਫੀਸ਼ੈਂਟ ਹੈਗਾ ਉੱਥੇ ਛੇਤੀ ਕਿਤੇ ਕੋਰਾ ਖੁਰਦਾ ਨਹੀਂ ਹੈਗਾ ਕਿਉਂਕਿ ਉਹਦੀ ਉਹਦੀ ਹੀਟ ਲਾਸ ਨਹੀਂ ਹੁੰਦੀ ਉਹ ਐਟਿਕ ਦਾ ਟੈਂਪਰੇਚਰ ਜਿਹੜਾ ਉਹ ਮੇਨਟੇਨਡ ਆ ਹਮਮ ਜੀ ਅੱਛਾ ਇੱਕ ਕੁਇਕਲੀ ਆਈ ਥਿੰਕ ਦੋ ਤਿੰਨ ਜਿਹੜੀਆਂ ਮੇਨ ਗੱਲਾਂ ਮੇਨ ਤਾਂ ਸਾਰੀਆਂ ਨੇ ਜੀ ਪਰ ਇੱਕ স্মੋਕ అలਰਮ ਚੈੱਕ ਕਰਨਾ ਫਾਇਰ అలਰਮ ਚੈੱਕ ਕਰਨਾ ਜੀ ਤੇ ਡਰਾਇਰ ਦੇ ਡਕਟਸ ਹਾਂਜੀ ਉਹਨਾਂ ਨੂੰ ਕਲੀਨ ਕਰਨਾ ਇਹ ਵੀ ਚੀਜ਼ਾਂ ਜ਼ਰੂਰੀ ਨੇ স্মੋਕ అలਰਮ ਦਾ ਤਾਂ ਬਹੁਤ ਜ਼ਰੂਰੀ ਆ ਜੀ ਕਿਉਂਕਿ ਉਹਦੇ ਚ ਬੈਟਰੀਆਂ ਪੈਂਦੀਆਂ ਹੁੰਦੇ ਤਾਂ ਹਾਰਡ ਵਾਇਰ ਆ ਹੋ ਪਰ ਬੈਟਰੀ ਬੈਕਅਪ ਆ ਇੱਕ ਤਾਂ ਨੋਇਸ ਤੋਂ ਕਰਦੇ ਆ ਕੰਮ ਉਹ ਇੱਕ ਕੀ ਇਹਦੀ ਵੀ ਜੇ স্মੋਕ అలਰਮ ਤੁਹਾਡਾ ਪ੍ਰੋਪਰ ਫੰਕਸ਼ਨ ਨਹੀਂ ਕਰ ਰਿਹਾ ਜੀ ਤੇ ਉਹ ਇੰਸ਼ੋਰੈਂਸ ਦੀ ਵੀ ਵਾਇਲੇਸ਼ਨ ਆ ਹਮਮ ਤਾਂ ਕਿਰ ਤੁਹਾਡੇ ਘਰ ਦੇ ਵਿੱਚ ਕੋਈ ਹੈਪਨ ਹੋ ਜਾਂਦਾ ਹੁਣ ਕ੍ਰਿਸਮਸ ਟਾਈਮ ਆਪਾਂ ਕਿਉਂਕਿ ਵਿੰਟਰ ਦੇ ਵਿੱਚ ਆਪਾਂ ਇਨਸਾਈਡ ਟਾਈਮ ਬਹੁਤ ਸਪੈਂਡ ਕਰਦੇ ਆ ਜੀ ਕੁਕਿੰਗ ਵੀ ਹੁੰਦੀ ਆ ਆਪਣੇ ਸੈਂਟਲੀਆਂ ਕੈਂਡਲਸ ਵੀ ਚੱਲਦੀਆਂ ਹੈਗੀਆਂ ਸਾਰਾ ਕੁਝ ਆ ਸੋ ਉਹ অতি ਜ਼ਰੂਰੀ ਆ ਵੀ ਤੁਸੀਂ ਉਹਨੂੰ ਇੱਕ ਵਾਰੀ ਸਾਲ ਦੇ ਵਿੱਚ ਬੈਟਰੀ ਰਿਪਲੇਸ ਕਰ ਦੋ ਹਮ ਹਮ ਉਹਦੀ ਜੀ ਜੇਕਰ ਤੁਹਾਨੂੰ ਨਹੀਂ ਪਤਾ ਹੈਲਪ ਲੈ ਲਓ ਗੂਗਲ ਕਰ ਲਓ ਕਿਸੇ ਤੋਂ ਪ੍ਰੋਪਰ ਕਰਾ ਲਓ ਹਮ ਹਮ ਜਿਹੜੇ ਡਰਾਈ ਡੱਕਾ ਵੀ ਜਿਹੜੇ ਡਰਾਈ ਡੱਕ ਦੇ ਵਿੱਚ ਜਦੋਂ ਤੁਸੀਂ ਇੱਕ ਤਾਂ ਵੀ ਡਰਾਈ ਡੱਕਾ ਜਿਹੜਾ ਪ੍ਰੋਪਰ ਲੱਗਾ ਕਿਦਾ ਹਮ ਇੱਕ ਇੱਕ ਵਾਰੀ ਨਾ ਉਹਨੋਂ ਫਲੈਕਸੀਬਲ ਲਾਈਨ ਹੁੰਦੀ ਆ ਡਰਾਈ ਮੂਰ ਨੂੰ ਖਿੱਚੀ ਕਨੈਕਟ ਕਰਤਾ ਮੁੜ ਕੇ ਜਦੋਂ ਪੁਸ਼ ਕੀਤੀ ਉਹ ਪਿੱਛੇ ਸਕਵਿਸ਼ ਹੋਏ ਨਹੀਂ ਹਮ ਕਿਉਂਕਿ ਉਹਦੇ ਵਿੱਚ ਲਿੰਟ ਫਸਦੇ ਹੀ ਫਸਦੇ ਆ ਜਦੋਂ ਲਿੰਟੋ ਵਿੱਚ ਫਸਦੇ ਆ ਹਾਂਜੀ ਕਈ ਵਾਰ ਤਾਂ ਤੁਹਾਡੀ ਡਰਾਇਰ ਜੇ ਤਾਂ ਚੰਗੀ ਡਰਾਇਰ ਵਧੀਆ ਤਾਂ ਤੁਹਾਨੂੰ ਕੋਟ ਦੇਣ ਲੱਗ ਪੈਂਦੇ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਮੈਂ ਮੈਂ ਵੀ ਮੈਂ ਪ੍ਰੋਪਰ ਬਰੀਦ ਨਹੀਂ ਕਰ ਰਹੀ ਜੀ ਨਹੀਂ ਹੈਗਾ ਤੁਸੀਂ ਵੈਕਿਊਮ ਨਾਲ ਜਾਂ ਤੁਸੀਂ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਸਾਫ਼ ਕਰ ਸਕਦੇ ਆ ਬ੍ਰਸ਼ ਵਾਂਗੂ ਵਿੱਚੋਂ ਮਾਰ ਕੇ ਉਹਨੂੰ ਕੱਢ ਲਓ ਖੋਲ ਕੇ ਕਰ ਲਓ ਜਿੱਦਾ ਮਰਜੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਫਾਇਰ ਹੈਜ਼ਰਡ ਬਹੁਤ ਵੱਡਾ ਜੀ ਤੇ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ ਹੈਗੀਆਂ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪ੍ਰੋਪਰ ਮੇਨਟੇਨੈਂਸ ਨਹੀਂ ਹੋਇਆ ਜੇ ਕੋਈ ਮਿਸ ਹਾਪ ਹੋ ਜੇ ਵੱਡਾ ਹੈਪਨ ਹੋ ਜੇ ਤਾਂ ਉਹ ਡਿਨਾਈ ਕਰਨ ਲੱਗ ਪੈਂਦੇ ਵੀ ਮੈਂਟ ਲਾਉ ਅੱਜ ਹੁਣੇ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ ਗੱਲਾਂ ਆਪਣੇ ਕੋਲ ਹੋਰ ਬਥੇਰੀਆਂ ਸੀਗੀਆਂ ਕਰਨ ਵਾਲੀਆਂ ਪਰ ਹੁਣ ਅੱਜ ਦਾ ਪ੍ਰੋਗਰਾਮ ਸਾਨੂੰ ਇੱਥੇ ਹੀ ਸਮੇਟਣਾ ਪੈਣਾ ਪਰ ਬਹੁਤ ਸਾਰੀਆਂ ਗੱਲਾਂ ਤੁਸੀਂ ਜੋ ਸਾਂਝੀਆਂ ਕੀਤੀਆਂ ਨੇ ਆਈ ਥਿੰਕ ਬਹੁਤ ਵਧੀਆ ਪ੍ਰੈਕਟੀਕਲ ਟਿਪਸ ਨੇ ਇਹ ਇਹਨਾਂ ਨੂੰ ਫਾਲੋ ਕਰਕੇ ਨੁਕਸਾਨ ਹੋਣ ਤੋਂ ਤੇ ਸਿਰਦਰਦੀ ਤੋਂ ਬਚਾਅ ਹੋ ਸਕਦਾ ਜੀ ਜੀ ਬਹੁਤ ਬਹੁਤ ਧੰਨਵਾਦ ਆ ਸੰਧੇ ਥੈਂਕ ਯੂ ਜੀ ਤੁਹਾਡਾ ਤੇ ਸਟੇਸ਼ਨ ਦਾ ਟਾਈਮ ਦੇਣ ਦਾ ਤੇ ਹਮੇਸ਼ਾ ਜਿਦਾਂ ਆਪਾਂ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ ਜੀ ਥੈਂਕ ਯੂ ਫਾਰ ਯਰ ਟਾਈਮ ਐਂਡ ਐਕਸਪਰਟਿਸ ਮੇਰਹਬਾਨ